ਦਰਗਾਹ ਜੋਰ ਕਰਮ ਚਰਨਾਂ ਦਲ ਜਾਂ ਸਦਾ ਗੁਰ ਕੋ ਬਲਿਹਾਰੀ ਕਾਮ ਸੁਣੈ ਉਪਮਾ ਗੁਰ ਕੀ ਗੁਰਮੁਖ ਧਿਆਨ ਹਿਰਦੇ ਮੈਂ ਧਾਰੀ ਵਾਹਿਗੁਰੂ ਗੁਰੂ ਨਾਨਕ ਸਾਹਿਬ ਸੇਵਕ ਚਰਨ ਗਈ ਦਰਬਾਰੀ ਮੂਹ ਗੋਚਰਾਇ ਸ਼ਾਸਤਰ ਕਾਟ ਪੈਂਗ ਗਰਮ ਚੜ ਜਾਏ ਅੰਧ ਲਗੈ ਬਦਲੋ ਸੁਣੈ ਜਾਉ ਕਾਲ ਕਿਰਪਾ ਕਰਾਏ ਸਤਨਾਮ ਵਾਹਿਗੁਰੂ ਸਾਹਿਬ ਜੀਓ ਅਨੰਤ ਸ੍ਰੀ ਮਹੰਤ ਸਰਬਕੰਤ ਮੋਹ ਭੰਜਨੰ ਆਧਾਰ ਲੋਕ ਚੌਦਹੂੰ ਅਪਾਰ ਨੂੰ ਪਰੰਜਨੰ ਅਨੰਤ ਸ੍ਰੀ ਮਹੰਤ ਸਰਬਕੰਤ ਮੋਹ ਭੰਜਨੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਹੋਏ ਗੁਰੂ ਖਾਲਸਾ ਸਾਹਿਬ ਸੰਗਤ ਜੀ ਸਤਿਗੁਰੂ ਜੀ ਦੀ ਅਤਿਅੰਤ ਕਿਰਪਾਲਤਾ ਦਾ ਸਦਕਾ ਇਹ ਕਥਾ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਚੱਲ ਰਹੀ ਹੈ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾਉਣ ਦੇ ਤਿਆਰੀਆਂ ਦੇ ਵਿੱਚ ਹਨ। ਦੂਰ ਦੁਰੇਡੇ ਕਾਬਲ ਕੰਧਾਰ ਖੁਰਾਸਾਨ ਅਫਗਾਨਿਸਤਾਨ ਇੱਧਰੋਂ ਜਿਤਨਾ ਵੀ ਇਲਾਕਾ ਔਰ ਪੰਜਾਬ ਦੇਸ਼ ਦਾ ਸਾਰਾ ਇਲਾਕਾ ਸੰਗਤਾਂ ਇਕੱਤਰ ਹੋਈਆਂ ਹੋਈਆਂ ਨੇ। ਬਹੁਤ ਸਾਰੇ ਰਿਸ਼ੀ ਮੁਨੀ ਪੈਗੰਬਰ ਮੱਕੇ ਮਦੀਨੇ ਦੇ ਸਭ ਪਹੁੰਚੇ ਹੋਏ ਨੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਜਿਨ੍ਹਾਂ ਰਿਸ਼ੀਆਂ ਨੂੰ ਵੇਦ ਕਹਿੰਦੇ ਸੀ, ਵੇਦ ਪੜ੍ਹੇ ਹੋਏ ਸਨ, ਉਹ ਵੀ ਪਹੁੰਚੇ ਨੇ। ਉਹਨਾਂ ਨੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਜੋ ਉਪਮਾ ਕੀਤੀ ਹੈ ਉਸ ਸਮੇਂ ਦੇ ਅੰਦਰ ਉਹ ਭਾਈ ਸੰਤੋਖ ਸਿੰਘ ਜੀ ਇੱਥੇ ਕਥਾ ਦੇ ਵਿੱਚ ਵਰਣਨ ਕਰ ਰਹੇ ਨੇ। ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਾਹਮਣੇ ਉਹ ਜਿਹੜੇ ਵੇਦ ਰਿਸ਼ੀ ਰੂਪ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਮਹਿਮਾ ਉਚਾਰਨ ਕਰ ਰਹੇ ਹਨ। ਅਨੰਤ ਸ੍ਰੀ ਮਹੰਤ ਸਰਬਕੰਤ ਮੋਹ ਭੰਜਨੰ ਮਹਾਰਾਜ ਤੁਸੀਂ ਅੰਤ ਤੋਂ ਰਹਿਤ ਹੋ ਤੇ ਸ੍ਰੀ ਸਵਾਏ ਮਾਨ ਹੋ ਮਹੰਤ ਪੂਜਨੀਕ ਹੋ ਸਰਬਕੰਤ ਤੇ ਸਾਰਿਆਂ ਦੇ ਕੰਤ ਪਤੀ ਮਾਲਕ ਹੋ ਤੇ ਮੋਹ ਭੰਜਨ ਮੋਹ ਦੇ ਤਾਈ ਨਾਸ ਕਰਨ ਵਾਲੇ ਹੋ। ਆਧਾਰ ਲੋਕ ਚੌਦਹੂੰ ਅਪਾਰ ਰੂਪ ਰੰਜਨ ਆਧਾਰ ਲੋਕ ਚੌਦਹੂੰ ਤੇ ਚੌਦਾਂ ਲੋਕਾਂ ਦੇ ਤੁਸੀਂ ਆਧਾਰ ਆਸਰਾ ਸਰੂਪ ਹੋ ਤੇ ਇਸੇ ਤਰ੍ਹਾਂ ਅਪਾਰ ਰੂਪ ਰੰਜਨ ਆਪ ਜੀ ਦਾ ਸਰੂਪ ਜਿਹੜਾ ਪ੍ਰਕਿਰਤੀ ਦੇ ਪਾਰਾਵਾਰ ਤੋਂ ਰਹਿਤ ਹੈ ਤੇ ਰੰਜਨੰ ਸਾਰਿਆਂ ਦੇ ਤਾਂ ਪ੍ਰਸੰਨ ਕਰਨ ਵਾਲੇ ਹੋ। ਨਿਰੰਜਨੰ ਅਗੰਜਨੰ ਅਸਿਰਜਨੰ ਸੁਜਾਨੰ ਨਿਰੰਜਨੰ ਸ਼ੁੱਧ ਸਰੂਪ ਹੋ ਤੇ ਅਗੰਜਨੰ ਕੱਟਣ ਤੋਂ ਰਹਿਤ ਹੋ। ਅਸਿਰਜਨੰ ਭਾਵ ਕੀ ਨਾ ਆਪਣੇ ਉਤਪੱਤੀ ਤੋਂ ਰਹਿਤ ਹੋ, ਤੈਨੂੰ ਕਿਸੇ ਨੇ ਬਣਾਇਆ ਨਹੀਂ ਪੈਦਾ ਨਹੀਂ ਕੀਤਾ। ਸੁਜਾਨੰ ਸੋ ਭਲੀ ਪ੍ਰਕਾਰ ਕਰਕੇ ਸਾਰਿਆਂ ਦੇ ਦਿਲਾਂ ਦੀ ਜਾਣਨ ਵਾਲੇ ਅੰਤਰਜਾਮੀ ਸਰੂਪ ਹੋ। ਸਦੀਵ ਨੇਤ ਨੇਤ ਭੂਤ ਭਵਿੰਗ ਬਖਾਨਿਆਂ ਸਦੀਵ ਹਮੇਸ਼ਾ ਵਾਸਤੇ ਨੇਤ ਨੇਤ ਕੀ ਬੇਅੰਤ ਬੇਅੰਤ ਸਰੂਪ ਹੋ ਤੇ ਭੂਤ ਪਿੱਛੇ ਵੀ ਤੇ ਭਵਿੰਗ ਅੱਗੇ ਜੋ ਭਵਿਸ਼ਿਤ ਕਾਲ ਹੈ ਤੇ ਬਖਾਨਿਆਂ ਕਹਿਣਾ ਕੀਤਾ ਹੈ। ਗੁਰੂ ਸਰੂਪ ਧਾਰ ਸਤਨਾਮ ਕੋ ਪਦੈਸ਼ਿਆਂ ਆਪ ਜੀ ਨੇ ਗੁਰੂ ਸਰੂਪ ਧਾਰਨ ਕਰਕੇ ਤੇ ਸਤਨਾਮ ਵਾਹਿਗੁਰੂ ਦਾ ਉਪਦੇਸ਼ ਦੇਣਾ ਕੀਤਾ ਹੈ। ਪਖੰਡ ਕੋ ਨਕੰਦ ਕੇ ਨਾ ਮਾਨ ਸ਼ਰ ਲੇਸ਼ਿਆਂ ਆਪ ਜੀ ਨੇ ਪਖੰਡਾਂ ਦੇ ਤਾਈ ਕੱਟ ਕੇ ਤੇ ਆਪ ਜੀ ਦੇ ਅੰਦਰ ਕੋਈ ਮਾਣ ਤੇ ਛੜ ਲੇਸ ਥੋੜੇ ਮਾਤਰ ਵੀ ਨਹੀਂ ਹੈ। ਆਨੰਦਹੀਨ ਦੁੰਦ ਕੇ ਮੁਕੰਦ ਸਰਬ ਬੰਦ ਜੂ ਆਨੰਦ ਸਰੂਪ ਹੋ ਤੇ ਦੰਦ ਜਿਹੜੇ ਵਕਾਰ ਨੇ ਤੇ ਇਸੇ ਤਰ੍ਹਾਂ ਦੋਧਾ ਤੇ ਦੰਦਵਾਦ ਤੋਂ ਰਹਿਤ ਹੋ ਮੁਕੰਦ ਮੁਕਤੀ ਦਾਤਾ ਸਰੂਪ ਹੋ ਸਰਬ ਬੰਦ ਜੋ ਤੇ ਸਾਰੇ ਆਪ ਜੀ ਨੂੰ ਬੰਦ ਨਮਸਕਾਰਾਂ ਕਰਦੇ ਹਨ। ਨਮਸਤੇ 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 ਗੋਬਿੰਦ ਜੂ ਤੇ ਗੋਬਿੰਦ ਇੰਦਰੀਆਂ ਦੇ ਪ੍ਰਕਾਸ਼ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਨੂੰ ਮਨ ਕਰਕੇ ਨਮਸਤੇ ਨਮਸਕਾਰ ਹੋਵੇ ਛਪੇ ਬਾਣੀ ਕਰਕੇ ਨਮਸਕਾਰ ਹੋਵੇ ਸਰੀਰ ਕਰਕੇ ਨਮਸਕਾਰ ਹੋਵੇ ਛਪੇ ਸ਼ਾਂਤੀ ਭਾਉ ਭਗਤ ਵਿਸਤਾਰ ਗੁਰੂ
ਆਜੇ ਪ੍ਰੇਮਾ ਭਗਤੀ ਦੇ ਤਾਂ ਹੀ ਫੈਲਾ ਕੇ ਸਤਿਗੁਰੂ ਮਹਾਰਾਜ ਜੀ ਸਿੱਖੀ ਜਗ ਕੀਨੀ ਸਾਰੇ ਸੰਸਾਰ ਦੇ ਸਿੱਖੀ ਜਿਹੜੀ ਸੀ ਉਤਪੰਨ ਕੀਨੇ ਪੂਰਵ ਸਾਧਨ ਮੁਕਤ ਕਰਤ ਜਿਹੜੇ ਪਹਿਲਾਂ ਕੋਈ ਸਾਧਨ ਲੋਕਾਂ ਨੇ ਯੋਗ ਜਗ ਤਾਪ ਪੂਜਾ ਮੁਕਤੀ ਦੇ ਮੰਨੇ ਹੋਏ ਸਨ ਔਰੇ ਵਿਦ ਚੀਨੀ ਤੇ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਹੋਰ ਵਿਧੀ ਜਿਹੜੀ ਹੈ ਤੇ ਉਹ ਸੰਸਾਰ ਦੇ ਅੰਦਰ ਨਾਮ ਦੀ ਕੀਰਤਨ ਦੀ ਸਿਮਰਨ ਦੀ ਜਿਹੜੀ ਸੀ ਪ੍ਰਗਟ ਕੀਤੀ ਮੁਕਤੀ ਵਾਸਤੇ ਇਹ ਚੀਨੀ ਜਾਣਿਆ ਗਿਆ ਜਿੰਤੇ ਤੁਮੇ ਸੁਖੀਨ ਕੀਨਾ ਉਹਨਾਂ ਕਠਨ ਸਾਧਨਾ ਦੇ ਨਾਲ ਆਪ ਜੀ ਨੇ ਸੁਖਾਲੀ ਮਰਜ਼ਾਦਾ ਬਣਾਈ ਇਹੋ ਰੀਤ ਨਵੀਨੀ ਜੋ ਨਾਮ ਸਿਮਰਨ ਦੀ ਕਲਯੁਗ ਦੇ ਅੰਦਰ ਰੀਤੀ ਜਿਹੜੀ ਮਰਜ਼ਾਦਾ ਨਵੀਂ ਆਪ ਜੀ ਨੇ ਪ੍ਰਗਟ ਕੀਤੀ ਹੈ ਗਾਡੀ ਰਾਹੋ ਚਲਾਏ ਨਰਨ ਕੋ ਗੱਡੀ ਜਿਹੜਾ ਸਿੱਧਾ ਰਸਤਾ ਸੀ ਤੇ ਉਹ ਤੋਰਨਾ ਕੀਤਾ ਲੋਕਾਂ ਦੇ ਤਾਂ ਸ਼ੁਭ ਮਤ ਦੀਨੀ ਸਾਰਿਆਂ ਨੂੰ ਸ੍ਰੇਸ਼ਟ ਮਤੀ ਭਾਵ ਭਗਤੀ ਸਿਮਰਨ ਦੀ ਦੇਣਾ ਕੀਤੇ ਪ੍ਰਭੂ ਨਮਹਿ ਨਮਹਿ ਪੁਨ ਪੁਨ ਨਮਹਿ ਪ੍ਰਭੂ ਪਰਮੇਸ਼ਰ ਸੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਨੂੰ ਨਮਸਕਾਰ ਹੋਏ ਮਨ ਕਰਕੇ ਬਾਣੀ ਕਰਕੇ ਤੇ ਸਰੀਰ ਕਰਕੇ ਨਮਸਕਾਰ ਹੋਏ ਪੁਨਾ ਪੁਨਾ ਫੇਰ ਫੇਰ ਚਰਨ ਸਰਨ ਤਾਰਨ ਤਰਨਾ ਆਪ ਜੀ ਦੇ ਚਰਨਾਂ ਦੀ ਸ਼ਰਨ ਜਿਹੜੀ ਤੇ ਤਾਰਨ ਵਾਸਤੇ ਜਹਾਜ਼ ਵਾਂਗ ਹੈ ਦੁੱਖ ਤਰਨ ਕਰਨ ਸੁਖ ਹਰਨ ਅੱਗ ਆਪ ਜੀ ਦੁੱਖਾਂ ਨੂੰ ਤੇ ਦਲਿਦਰਾਂ ਨੂੰ ਨਾਸ਼ ਕਰਨ ਵਾਲੇ ਅੱਗ ਪਾਪਾਂ ਦੇ ਤਾਈ ਤੇ ਸੁਖਾਂ ਨੂੰ ਕਰਨ ਵਾਲੇ ਨੂੰ ਸ੍ਰੀ ਨਾਨਕ ਕਾਰਨ ਕਰਨਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਹੀ ਸੰਸਾਰ ਦੇ ਪੰਜਾਂ ਤੱਤਾਂ ਦੇ ਕਾਰਨਾਂ ਨੂੰ ਕਰਨ ਵਾਲੇ ਹੋਂ ਇਸ ਤਰ੍ਹਾਂ ਜਿਹੜੇ ਵੇਦ ਪੜੇ ਹੋਏ ਰਿਸ਼ੀ ਸੀ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਉਚਾਰਨ ਕਰਕੇ ਰਹੇ ਨਗਰ ਕਰਤਾਰ ਕਰਤਾਰਪੁਰ ਸਾਹਿਬ ਨਗਰ ਦੇ ਵਿੱਚ ਰਹਿਣਾ ਕੀਤਾ ਅਨੇਕ ਲੋਕ ਜਹ ਆਵਈ ਜਿੱਥੇ ਅਨੇਕਾਂ ਲੋਕੀ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆ ਰਹੇ ਨੇ ਬਹੁਤ ਹੀ ਜੈ ਜੈਕਾਰ ਜਸ ਦੀ ਧੁਨੀ ਸਤਿਗੁਰੂ ਮਹਾਰਾਜ ਜੀ ਦੀ ਹੋ ਰਹੀ ਹੈ ਦਸੋ ਦਿਸਾ ਤੇ ਪੰਥ ਵਧੇਰੇ ਹਾਂਜੀ ਦਸੋ ਦਿਸਾ ਦੇ ਵਿੱਚੋਂ ਤੇ ਜਿਤਨੇ ਵੀ ਪੰਥੀ ਲੋਕ ਨੇ ਰਾਹੀ ਲੋਕ ਹਨ ਦਰਸ਼ ਕਰਨ ਚਿਤ ਚੌਂਪ ਕਨੇਰੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਨ ਦਾ ਤੇ ਚਿੱਤੇ ਚ ਬਹੁਤ ਹੀ ਚੌਂਪ ਉਤਸ਼ਾਹ ਹੈ ਆਵੇ ਚੱਲੇ ਭੀਰ ਵੱਡ ਹੋਈ ਚੱਲੇ ਆ ਰਹੇ ਨੇ ਤੇ ਸ੍ਰੀ ਕਰਤਾਰਪੁਰ ਸਾਹਿਬ ਰਾਵੀ ਦੇ ਕਿਨਾਰੇ ਬਹੁਤ ਭਾਰੀ ਇਕੱਠ ਹੋ ਗਿਆ ਕੀ ਸੰਖਿਆ ਆਏ ਨਾ ਕੋਈ ਜਿਹਨਾਂ ਸੰਗਤਾਂ ਦੀ ਗਿਣਤੀ ਵੀ ਕਰਨ ਵਿੱਚ ਨਹੀਂ ਆ ਰਹੀ ਇਤਨੀਆਂ ਵਧੇਰੇ ਸੰਗਤਾਂ ਆ ਰਹੀਆਂ ਨੇ ਕਰਤਾਰ ਕੋਸ ਚੌ ਫੇਰੇ ਕਰਤਾਰਪੁਰ ਸਾਹਿਬ ਨਗਰ ਦੇ ਚਾਰੇ ਕੋ ਚਾਰ ਚਾਰ ਕੋ ਚਾਰੇ ਪਾਸੇ ਆਏ ਨਰਨ ਕੀਨੇ ਬਹੁ ਡੇਰੇ ਚਾਰੇ ਪਾਸੇ ਆ ਕੇ ਲੋਕਾਂ ਨੇ ਆਪੋ ਆਪਣੇ ਡੇਰੇ ਤੰਬੂ ਟਿਕਾਣੇ ਲਾਏ ਹੋਏ ਨੇ ਸਰਬ ਰਹੇ ਨਿਸਮੈ ਤੇ ਥਾਈ ਸਾਰੀ ਰਾਤ ਸਥਾਨ ਦੇ ਵਿੱਚ ਜਾਗਰਣ ਕੀਨੋ ਮਹਿਮਾ ਗਾਈ ਜਾਗਦੀਆਂ ਰਹੀਆਂ ਸੰਗਤਾਂ ਤੇ ਬਹੁਤ ਹੀ ਸਤਿਗੁਰੂ ਮਹਾਰਾਜ ਜੀ ਦੀ ਮਹਿਮਾ ਉਚਾਰਨ ਕੀਤੇ ਅਰਧ ਵਿਭਾਵਰ ਹੋਈ ਜਬਹੀ ਜਦੋਂ ਸਾਧ ਸੰਗਤ ਜੀ ਅੱਧੀ ਵਿਭਾਵਰ ਰਾਤ ਹੋਵੇ ਸ੍ਰੀ ਮੁਖ ਸੋ ਆਇਸ ਦੀ ਤਬਹੀ ਆਏ ਮਨ ਮੁਖੋਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਗਿਆ ਦਿੱਤੀ ਚੰਦਨ ਜੋਤੀ ਕਨਸਾਰ ਗੁਲਾਬਾ ਮਹਾਰਾਜ ਕਹਿੰਦੇ ਚੰਦਨ ਦੀਆਂ ਲੱਕੜਾਂ ਦੇ ਸਮੇਤ ਕਨਸਾਰ ਤੇ ਇਸ ਤਰ੍ਹਾਂ ਗੁਲਾਬ ਜਿਹੜਾ ਹੈ ਤੇ ਮੁਸ਼ਕਪੂਰ ਜਿਹੜਾ ਹੈ ਮਿਲਾ ਕੇ ਸੁਗੰਧੀਆਂ ਮਿਰਗਮਾਦੀ ਕਾਸੀ ਕਾਰੀ ਸਰਬ ਸਤਾਬਾ ਮਿਰਗਮਦ ਕਹਿੰਦੇ ਕਸਤੂਰੀ ਦੇ ਤਾਈ ਤੇ ਚੀਜ਼ਾਂ ਨੂੰ ਘਸਾ ਕੇ ਤੇ ਸਾਰੀਆਂ ਛੇਤੀ ਸੁਗੰਧੀਆਂ ਤਿਆਰ ਕਰਕੇ ਅਪਰ ਸੁਗੰਧ ਸਰਬ ਮੈਂ ਕਾਬ ਹੋ ਸਾਰੀਆਂ ਸੁਗੰਧੀਆਂ ਤੇ ਮਹਿਕਾਂ ਦੇ ਸਹਿਲ ਸਾਰੇ ਹੀ ਇਸ ਆਪਣੇ ਨਗਰ ਦੇ ਵਿੱਚ ਤੇ ਔਰ ਇਸ ਮਕਾਨ ਦੇ ਛਿੜਕਣਾ ਕਰੋ ਸਗਰੇ ਸਦਨ ਵਿਖੇ ਛਿੜਕਾਵ ਹੋ ਸਾਰੇ ਘਰ ਦੇ ਚਾਪ ਜੀ ਛਿੜਕਾਉਣਾ ਕਰੋ ਨੇਕੀ ਆਨੋ ਕੁਸ਼ਾ ਬਿਛਾਵੋ ਨੇਕੀ ਚੰਗੀ ਤਰ੍ਹਾਂ ਕੁਸ਼ਾ ਦਬ ਨੂੰ ਕਹਿੰਦੇ ਘਾਹ ਦੇ ਤਾਈ ਬਿਛਾਉਣਾ ਕਰੋ ਲਿਆ ਕੇ ਸਤਨਾਮ ਕੋ ਸਿਮਰਨ ਗਾਵੋ ਤੇ ਸਤਨਾਮ ਵਾਹਿਗੁਰੂ ਪਰਮੇਸ਼ਰ ਦਾ ਮੁਖੋਂ ਸਿਮਰਨ ਉਚਾਰਨ ਕਰੋ ਜਿਤੇ ਵੇਦ ਪਾਠੀ ਦਿਜ ਆਹੀ ਜਿੰਨੇ ਕੋਈ ਸਤਿਗੁਰਾਂ ਦੇ ਸ਼ਰਧਾਲੂ ਵੇਦਾਂ ਦੇ ਪਾਠੀ ਰਿਸ਼ੀ ਵੀ ਸੀ ਬ੍ਰਾਹਮਣ ਲੋਕ ਵੀ ਆਏ ਹੋਏ ਸਨ ਅਰੇ ਵੇਦ ਤੋਂ ਨਾ ਬਿਲਮ ਨਾ ਗਹੀ ਸਤਿਗੁਰੂ ਮਹਾਰਾਜ ਜੀ ਦੇ ਸਾਹਮਣੇ ਵੇਦਾਂ ਦੀ ਧੁਨੀ ਉਚਾਰਨ ਕਰ ਰਹੇ ਰਿਚਾਂ ਪੜ੍ਹਦੇ ਤੇ ਦੇਰ ਤੋਂ ਰਹਿਤ
ਸਰਬ ਜੇ ਨਾਰੀ ਸਤਨਾਮ ਉਚਾਰੋ, ਜਿੰਨੇ ਵੀ ਸਤਨਾਮ ਵਾਹਿਗੁਰੂ ਦਾ ਉਚਾਰਨ ਕਰੋ ਸਾਰੇ ਲੋਕ, ਜਨਮ ਜਨਮ ਕੇ ਕਿਲ ਬਖਟਾਰੋ, ਜਨਮਾਂ ਜਨਮਾਂਤਰਾਂ ਦੇ ਜਿਹੜੇ ਕਿਲਵਿਕ ਬੰਧਨ ਹੈ ਤੇ ਉਹਨਾਂ ਦੇ ਤਾਈ ਪਾਪਾਂ ਨੂੰ ਟਾਲ ਲਵੋ, ਛਪੇ ਛੰਦ ਸੁਣ ਰਜਾਇ ਤੇ ਸਮੈ, ਵਾਹਿਗੁਰੂ ਨਾਨਕ ਦੇ ਮਹਾਰਾਜ ਜੀ ਦੀ ਆਗਿਆ ਨੂੰ ਉਸ ਸਮੇਂ ਸੁਣ ਕੇ ਭਇਓ ਜੈਕਾਰ ਮੁਖਰਬਰ ਮੁਖਰਬਰ, ਹਾਂਜੀ ਸਾਰੇ ਜੈ ਜੈਕਾਰ ਹੋਇਆ ਤੇ ਮੁਖਰ ਵਾਰ ਮੁਖੋਂ ਸ੍ਰੇਸ਼ਟ ਵਚਨ ਉਚਾਰਨ ਹੋਏ, ਗਾਵਤ ਗੁਣ ਕਰਤਾਰ ਕਰਤਾਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਨੇ, ਪ੍ਰੇਮ ਸੁਰ ਦੇ ਰਹੇ ਭਰ ਆਪਣੇ ਹਿਰਦੇ, ਸਾਰੀਆਂ ਸੰਗਤਾਂ ਪ੍ਰੇਮ ਦੇ ਤਾਈ ਭਰ ਰਹੀਆਂ ਨੇ, ਦਰਸ਼ਨ ਪਰਸਤ ਸਗਲ ਸਾਰੀਆਂ ਸੰਗਤਾਂ ਸਤਿਗੁਰਾਂ ਦੇ ਦਰਸ਼ਨ ਕਰ ਰਹੀਆਂ ਨੇ, ਅਦ ਕਰਨਾ ਰਸ ਹੋਵੇ ਬਹੁਤ ਹੀ ਕਰਨਾ ਰਸ ਬੈਰਾਗ ਦੇ, ਸਾਰਿਆਂ ਦੇ ਹਿਰਦੇ ਭਰੇ ਹੋਏ ਨੇ ਨੇਤਰ, ਚਿੱਤਰ ਲਿਖੇ ਜੇ ਪੀਤ ਦਾਸ ਸੰਗ ਜੀ ਕੰਧ ਦੇ ਉੱਤੇ ਕੋਈ ਚਿੱਤਰਕਾਰੀ ਲਿਖੀ ਹੋਵੇ ਕੀਤੀ ਹੋਈ ਹੋਵੇ, ਭਾਉ ਤਰ ਠਾਂਡੇ ਜੋ ਵਹਿ ਜੜ ਹੋਏ ਹੋਏ ਪ੍ਰੇਮ ਧਾਰ ਕੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰ ਰਹੇ ਨੇ, ਭੀੜ ਪਈ ਤਰਮਸਾਲ ਮਹਿਸਾਲਾ ਦੇ ਅੰਦਰ ਬਹੁਤ ਹੀ ਭੀੜ ਇਕੱਠ ਹੋ ਗਿਆ, ਸ਼ਬਦ ਰਾਗ ਧੁਨ ਪੂਰਿਆ, ਇਸੇ ਤਰ੍ਹਾਂ ਰਾਗਾਂ ਦੇ ਅੰਦਰ ਜੋ ਸ਼ਬਦ ਬਾਣੀ ਦੀ ਧੁਨੀ ਆਵਾਜ਼ ਸੀ ਤੇ ਉਸ ਨੂੰ ਪੂਰਨਾ ਕੀਤਾ, ਤਾਂ ਗਏ ਜੋ ਨਰ ਤੇ ਸਮੇਂ ਜਿਤਨੇ ਵੀ ਉੱਥੇ ਲੋਕੀ ਕਰਤਾਰਪੁਰ ਸਾਹਿਬ ਦੇ ਚ ਗਏ ਹੋਏ ਸਨ, ਦੇਖ ਦੋਖ ਕਰੇ ਸਭ ਦੂਰਿਆ, ਵੇਖ ਕੇ ਸਤਿਗੁਰੂ ਮਹਾਰਾਜ ਜੀ ਨੇ ਕਿਰਪਾ ਦੀ ਨਿਗਾਹ ਦੇ ਨਾਲ ਸਾਰਿਆਂ ਦੇ ਦੁੱਖ ਦੂਰ ਕਰ ਦਿੱਤੇ, ਔਰ ਸੁਲੱਖਣੀ ਆਏ ਸਤਿਗੁਰੂ ਮਹਾਰਾਜ ਜੀ ਦੇ ਮਹਿਲ ਸਾਡੇ ਮਾਤਾ ਜੀ ਸੁਲੱਖਣੀ ਜੀ ਆ ਗਏ, ਮੰਗ ਕਰ ਬੰਧਨ ਕੀਨੀ, ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਤਾਂ ਨਮਸਕਾਰ ਕੀਤੇ, ਅਧੀਨ ਹੋਇਆ ਦੀਨਾ ਤੇ ਮਨ ਦੇ ਚ ਬਹੁਤ ਹੀ ਅਧੀਨ ਨਿਮਰਤਾ ਦੇ ਸਹਿਤ ਹੋ ਗਏ, ਆਜਿਜ ਹੋ ਕੇ ਦੀਨ ਪ੍ਰਦਰਸ਼ਨ ਅਧੀਨੀ, ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੀਆਂ ਤਿੰਨ ਪ੍ਰਕਰਮਾਂ ਕੀਤੀਆਂ, ਲੋਚਨ ਤੇ ਜਲ ਜਾਤ ਨੇਤਰਾਂ ਤੋਂ ਜਲ ਬੜਾ ਭਾਰੀ ਬੈਰਾਗ ਦਾ ਜਲ ਹੈ, ਬੈਠ ਗਈ ਤਵੀ ਸਮੀਪਾ, ਸਾਹਿਬ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਪਾਸ ਸੁਲੱਖਣੀ ਜੀ ਬੈਠ ਗਏ, ਮਰਜਾਨੀ ਕੋ ਦੇਖ ਜਦੋਂ ਉਦਾਸ ਜਿਹੜਾ ਵੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪੰਨਿਓ ਬੇਦੀ ਕੁਲ ਦੀਪਾ, ਬੇਦੀਆਂ ਦੇ ਕੁਲ ਦੇ ਦੀਵਾ ਸਰੂਪ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਚਾਰਨ ਕੀਤਾ, ਇੱਕ ਸਿੱਖ ਜਾਓ ਸ੍ਰੀ ਚੰਦ ਟਿਗ, ਇੱਕ ਸਿੱਖ ਭਾਈ ਸਾਡੇ ਸਾਹਿਬਜ਼ਾਦੇ ਸ੍ਰੀ ਚੰਦ ਦੇ ਪਾਸ ਜਾਓ, ਲਖਮੀ ਦਾਸ ਸੰਯੁਕਤ ਜਹੈ, ਲਖਮੀ ਦਾਸ ਦੇ ਸਮੇਤ ਜਿੱਥੇ ਉਹ ਟਿਕੇ ਹੋਏ ਹਨ, ਜਸਪਦ ਲਿਆਓ ਬੁਲਾਏ ਤੈਨਾ, ਬੜੀ ਸ਼ੀਘਰ ਜਾ ਕੇ ਬੁਲਾ ਕੇ ਲਿਆਓ ਉਹਨਾਂ ਦੇ ਤਾਏ, ਮੋਰ ਦਰਸ ਪਾਵੇ ਸੋਨਾ ਹੈ, ਮੁੜ ਕੇ ਫਿਰ ਸਾਡੇ ਦਰਸ਼ਨ ਨਹੀਂ ਪ੍ਰਾਪਤ ਕਰ ਸਕਣੇ ਉਹਨਾਂ ਨੇ, ਪੂਰਾ ਸੁਣ ਸੇਵਕ ਗਮਨੇ ਉਹ ਤੁਰਤ, ਸੇਵਕ ਸੁਣ ਕੇ ਛੇਤੀ ਸਾਧ ਸੰਗ ਜੀ ਚੱਲ ਪਿਆ, ਜਾਏ ਕੀ ਨੇ ਅਰਦਾਸ ਜਾ ਕੇ ਬੇਨਤੀ ਕੀਤੀ, ਤੁਮੇ ਬੁਲਾਵਤ ਸਤਿਗੁਰੂ, ਸਾਨੂੰ ਸਤਿਗੁਰੂ ਪਿਤਾ ਜੀ ਬੁਲਾ ਰਹੇ ਨੇ, ਹੁਣ ਚੱਲੀਏ ਤਨ ਪਾਸ, ਉੱਠ ਕੇ ਚਲੋ ਉਹਨਾਂ ਦੇ ਪਾਸ, ਸਮਾਂ ਸਮਾਂ ਮਨ ਕੋ ਅਬੈ, ਜੋਤੀ ਜੋਤ ਸਮਾਉਣ ਦਾ ਸਮਾਂ ਹੈ ਸਤਿਗੁਰਾਂ ਦਾ, ਮਿਲ ਕੀ ਜੇ ਤਨ ਸਾਥ, ਮਿਲ ਕੇ ਤੇ ਉਹਨਾਂ ਦੇ ਸਤਿਗੁਰੂ ਮਹਾਰਾਜ ਜੀ ਦੇ ਨਾਲ ਗੱਲਬਾਤ ਕਰੋ, ਵਿਚਾਰ ਕਰ ਲਓ, ਕਹੋ ਜੋ ਕੁਛ ਬੋਲੋ ਸੁਣੋ, ਜੋ ਕੁਛ ਤੁਸੀਂ ਚਾਹੁੰਦੇ ਹੋ ਤੇ ਬੋਲੋ, ਸਤਿਗੁਰਾਂ ਦੇ ਵਚਨ ਸੁਣਿਆ, ਧਰੋ ਚਰਨ ਪਰਮਾਥ, ਸਤਿਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਸੀਸ ਨਵਾਇਓ, ਦੋਹਰਾ ਬਦਨ ਬਹਸ ਕੇ ਬਚ ਕਹੇ, ਸਾਧ ਸੰਗਤ ਜੀ ਸਾਹਿਬਜ਼ਾਦਾ ਨੇ ਹੱਸ ਕੇ ਨਾ ਮੁਖੋਂ ਇਸ ਤਰ੍ਹਾਂ ਵਚਨ ਆਖੇ, ਜਿਸ ਸਪਤਮੀ ਜੈਸ, ਜਿਸ ਤਰ੍ਹਾਂ ਅਸੂ ਦੀ ਸਤਮੀ ਵਧੀ ਵਾਲੇ ਦਿਨ, ਬਲਾਵਤ ਹੈ ਅਬੈ, ਜਿਵੇਂ ਉਦੋਂ ਜੋਤੀ ਜੋਤ ਉਸ ਦਿਨ ਸਮਾਏ ਸੀ ਤੇ ਉਸੇ ਤਰ੍ਹਾਂ ਸਾਨੂੰ ਹੁਣ ਬੁਲਾ ਰਹੇ ਨੇ, ਅੱਜ ਸਮਾਵੇ ਤੈਸ, ਅੱਜ ਵੀ ਉਸੇ ਤਰ੍ਹਾਂ ਜੋਤੀ ਜੋਤ ਸਮਾਉਣਗੇ, ਭਾਵ ਕੀ ਉਦਣਾ ਕੇ ਸਮਾਏ ਕਿਉਂ ਨਹੀਂ ਹਨ, ਸੂਠਾ ਮੈਂ ਆਏ ਤੇ ਕਾਲ, ਸਤਸੰਗ ਜੀ ਉਸ ਸਮੇਂ ਸਤਿਗੁਰਾਂ ਦੇ ਸਾਹਿਬਜ਼ਾਦੇ ਨਹੀਂ ਆਏ, ਜਾਣੇ ਮਾਨਵ ਆਨ ਜੋ, ਜਿਸ ਤਰ੍ਹਾਂ ਕੋਈ ਸਮਾਨ ਮਨੁੱਖ ਹੁੰਦਾ ਹੈ ਤੇ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੂੰ ਜਾਣਦੇ ਨੇ, ਓਂਕਾਰ ਕਿਰਪਾਲ, ਇੱਕੋ ਓਂਕਾਰ ਵਾਹਿਗੁਰੂ ਪਰਮੇਸ਼ਰ ਕਿਰਪਾਲੂ ਸਰੂਪ ਹੈ, ਰੂਪ ਧਰੋ ਨਾ ਜਾਣਾਈ, ਉਸ ਵਾਹਿਗੁਰੂ
ਵਾਹਿਗੁਰੂ ਪਰਮੇਸ਼ਰ ਨੇ ਹੀ ਗੁਰੂ ਨਾਨਕ ਸਰੂਪ ਧਾਰਿਆ ਇਸ ਤਰ੍ਹਾਂ ਨਹੀਂ ਜਾਣਦੇ। ਗੁਰਾ ਸੁਣ ਕੇ ਤਿਨਕੇ ਬਚਨ ਕੋ, ਸਤਿਗੁਰੂ ਮਹਾਰਾਜ ਜੀ ਤੇ ਸਤਰਾਵਾਂ ਦੇ ਬਚਨਾਂ ਨੂੰ ਸਿੱਖ ਨੇ ਸੁਣ ਕੇ ਸਿੱਖ ਆਯੋ ਗੁਰ ਪਾਸ, ਸਤਿਗੁਰੂ ਮਹਾਰਾਜ ਜੀ ਦੇ ਪਾਸ ਸਿੱਖ ਆ ਗਿਆ। ਜੇ ਬਿਦਤ ਨੇ ਉੱਤਰ ਦਇਓ, ਜਿਸ ਤਰ੍ਹਾਂ ਤੇ ਉਹਨਾਂ ਨੇ ਉੱਤਰ ਜਵਾਬ ਦਿੱਤਾ ਸੀ, ਕਰਤ ਭਇਓ ਅਰਦਾਸ, ਇਸੇ ਤਰ੍ਹਾਂ ਅਰਦਾਸ ਬੇਨਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸ ਕਰ ਦਿੱਤੀ, ਜਿਸ ਤਰ੍ਹਾਂ ਜਵਾਬ ਸਾਹਿਬਜ਼ਾਦਿਆਂ ਨੇ ਦਿੱਤਾ ਸੀ। ਗੁਰ ਸੁਣ ਤੂੰ ਸੁਣ ਰਹੇ, ਗੁਰੂ ਨਾਨਕ ਦੇਵ ਮਹਾਰਾਜ ਜੀ ਸੁਣ ਕੇ ਚੁੱਪ ਰਹੇ, ਬੈਠੇ ਸਭਾ ਮਜਾਰ, ਇਸੇ ਤਰ੍ਹਾਂ ਸਭਾ ਦੇ ਵਿੱਚ ਬੈਠੇ ਰਹੇ। ਵੇਦ ਸ਼ਬਦ ਤੋਂ ਹੋਵੇ ਰਹੀ, ਸ਼ਬਦ ਜੋ ਬ੍ਰਹਮ ਹੈ ਤੇ ਵੇਦ ਗਿਆਨ ਸਰੂਪ ਹੈ ਤੇ ਉਸ ਦੀ ਬਾਣੀ ਦੀ ਕੀਰਤਨ ਧੁਨੀ ਆਵਾਜ਼ ਹੋ ਰਹੀ ਹੈ। ਦਰਸੇ ਲੋਕ ਹਜ਼ਾਰ, ਹਜ਼ਾਰਾਂ ਦੀ ਗਿਣਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਲੋਕੀ ਦਰਸ਼ਨ ਕਰ ਰਹੇ ਨੇ। ਸਵਈਆ ਕਰਨਾ ਗੁਰਜਾ ਸਦਾ ਸੁਖਦਾ, ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਨੇ ਤੇ ਅਗਲੀ ਸਾਖੀ ਇਤਿਹਾਸ ਸ਼ੁਰੂ ਕਰਨ ਤੋਂ ਪਹਿਲਾਂ, ਕਰਨਾ ਗੁਰਜਾ ਸਦਾ ਸੁਖਦਾ ਤੇ ਹੇ ਮਾਨ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਤੇ ਕਰਨਾ ਜਿਹੜੀ ਕਿਰਪਾ ਹੈ ਸਭ ਨੂੰ ਦੇਣ ਵਾਲੀ ਤੇ ਉਸ ਨੂੰ ਹਮੇਸ਼ਾ ਵਾਸਤੇ ਜਾਤ ਮੰਗਣਾ ਕਰ, ਮਨ ਕੇ ਵਿਕਾਰ ਕਰੋ ਹਰਨਾ, ਤੇ ਮਨ ਦੇ ਵਿਕਾਰ ਜਿਹੜੇ ਨੇ ਤੇ ਉਹਨਾਂ ਦੇ ਤਾਈ ਹਰਨਾ ਦੂਰ ਕਰ, ਹਰਨਾ ਭਜਨੋ ਭਵਕੋ ਕਰਤਾ, ਆਜੀ ਹਰਨਾ ਭਜਨੋ ਭਵਕੋ ਕਰਤਾ, ਤੇ ਇਸ ਵਾਸਤੇ ਜਿਹਨੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦਾ ਭਜਨ ਨਹੀਂ ਕੀਤਾ ਹੈ ਭਵਕੋ ਕਰਤਾ, ਉਹ ਹਰੀ ਨੂੰ ਕਹਿੰਦੇ ਨਾ ਭਜਨ ਵਾਲਾ ਉਸ ਨੂੰ, ਤੇ ਇਸ ਵਾਸਤੇ ਹਰੀ ਨੂੰ ਨਾ ਕਰਨਾ ਹੀ ਭਾਵ ਕਿ ਹਰੀ ਦਾ ਭਜਨ ਜਿਨ੍ਹਾਂ ਨੇ ਨਹੀਂ ਕੀਤਾ ਉਹਨਾਂ ਨੂੰ ਸੰਸਾਰ ਸਤ ਕਰਕੇ ਪ੍ਰਤੀਤ ਹੋ ਰਿਹਾ ਹੈ, ਦਿਖਾਈ ਦਿੰਦਾ ਹੈ, ਜਾਂ ਹਰਨਾ ਭਜਨੋ ਭਾਵ ਕੋ ਕਰਤਾ, ਤੇ ਇਸ ਵਾਸਤੇ ਭਾਵ ਸੰਸਾਰ ਨੂੰ ਕਰਨ ਵਾਲੇ ਹਰੀ ਨੂੰ ਕਿਉਂ ਨੀ ਹੇ ਮਨਾ ਤੂੰ ਭਜਦਾ ਸਿਮਰਨ ਕਰਦਾ। ਮਹਿਮਾ ਗੁਣ ਕੇ ਪਰ ਹੋ ਸਰਣਾ, ਸਤਿਗੁਰੂ ਮਹਾਰਾਜ ਜੀ ਦੇ ਗੁਣਾਂ ਦੀ ਮਹਿਮਾ ਗੁਣ ਵਿਚਾਰ ਕੇ ਤੇ ਉਹਨਾਂ ਦੀ ਸ਼ਰਨ ਦੇ ਵਿੱਚ ਪੈਣਾ ਕਰ, ਸਰਨਾ ਮਨ ਆਨ ਹੰਕਾਰ ਤਜੋ, ਕਹਿੰਦੇ ਹੇ ਮਨਾ ਸਤਿਗੁਰਾਂ ਦੀ ਸ਼ਰਨ ਵਿੱਚ ਆਪਣੇ ਆਪ ਨੂੰ ਲਿਆ ਕੇ ਤੇ ਹੰਕਾਰ ਛੱਡ ਦੇ, ਮੋਤ ਨਹੀਂ ਤਨ ਮੈਂ ਤਰਨਾ, ਕਿਉਂਕਿ ਜਿਹੜਾ ਸਰੀਰ ਹੈ ਤੇ ਇਹਦੇ ਵਿੱਚ ਜਿਹੜੀ ਜਵਾਨੀ ਹੈ ਹਮੇਸ਼ਾ ਵਾਸਤੇ ਟਿਕਦੀ ਨਹੀਂ ਤੇ ਬਤੀਤ ਹੁੰਦੀ ਜਾਂਦੀ ਜ਼ਿੰਦਗੀ, ਕਰਨਾ ਜਗ ਸਿੰਧ ਸੁਖੈਨ ਚਾਹੋ, ਜੇ ਕਰਕੇ ਸੰਸਾਰ ਸਮੁੰਦਰ ਨੂੰ ਤਰਨਾ ਤੂੰ ਸਿਖਾਲਾ ਚਾਹੁੰਦਾ ਹੈ, ਕਹਿਣਾ ਲਖ ਬਾਦ ਗਹੋ ਕਰਨਾ, ਆਜੀ ਕਹਿਣਾ ਲਖ ਬਾਦ ਗਹੋ ਕਰਨਾ, ਕਹਿਣਾ ਲਖ ਬਾਦ, ਕਹਿਣੇ ਨੂੰ ਕਹਿੰਦੇ ਵਿਅਰਥ ਜਾਣ, ਵੀ ਕਹਿਣ ਦੇ ਵਿੱਚ ਇਹਨਾਂ ਨੂੰ ਫਸਿਆ ਰਹਿ, ਇਸ ਵਾਸਤੇ ਤੇ ਗਹੋ ਕਰਨਾ ਤੇ ਜਿਹੜੀ ਕਮਾਈ ਹੈ ਨਾ ਵਾਹਿਗੁਰੂ ਨਾਮ ਸਿਮਰਨ ਦੀ ਤੇ ਉਸਦੇ ਤਾਈ ਗ੍ਰਹਿਣ ਕਰ, ਦੋਰਾ ਸ੍ਰੀ ਗੁਰ ਦਰਸ਼ਨ ਦੇਵਹੀ, ਵਾਹਿਗੁਰੂ ਨਾਨਕ ਦੇ ਮਹਾਰਾਜ ਜੀ ਕਰਤਾਰਪੁਰ ਸਾਹਿਬ ਦੇ ਅੰਦਰ ਦਰਸ਼ਨ ਦੇ ਰਹੇ ਨੇ, ਸ਼ਾਂਤ ਰੂਪ ਘਨ ਗਿਆਨ, ਸ਼ਾਂਤ ਸਰੂਪ ਨੇ ਤੇ ਘਾਨਿਕ ਰਸ ਗਿਆਨ ਸਰੂਪ ਹਨ ਜਾਂ ਗਿਆਨ ਦੇ ਬੱਦਲ ਹਨ, ਸ਼ੇਸ਼ਨ ਆਏ ਸਧਾਰਨਾ, ਉਸ ਸਮੇਂ ਭਾਈ ਸਧਾਰਨ ਸਤਿਗੁਰੂ ਮਹਾਰਾਜ ਜੀ ਦੇ ਸਿੱਖ ਆ ਗਏ, ਬੋਲਿਓ ਬੰਦੇ ਪਾਨਾ, ਦੋਵੇਂ ਹੱਥ ਜੋੜ ਕੇ ਨਮਸਕਾਰ ਕੀਤੀ ਤੇ ਅਰਦਾਸ ਬੇਨਤੀ ਕੀਤੀ, ਚੌਪੀ ਚੰਦਨ ਮ੍ਰਿਗ ਮੰਦ ਸਗਲ ਕਸਾਏ, ਚੰਦਨ ਦੀਆਂ ਲੱਕੜਾਂ ਵੀ ਲੈਣੀਆਂ ਤੇ ਇਸੇ ਤਰ੍ਹਾਂ ਤੇ ਜਾ ਚੰਦਨ ਆਦਿਕ ਮ੍ਰਿਗ ਮੰਦ ਕਸਤੂਰੀ ਇਹ ਸਾਰੇ ਕਸਾ ਲਏ ਨੇ, ਭਲੀ ਭਾਂਤ ਘਰ ਕੋ ਛਿੜਕਾਏ, ਚੰਗੀ ਤਰ੍ਹਾਂ ਤੇ ਅਰਕ ਗੁਲਾਬ ਦੇ ਅਰਕ ਦੇ ਵਿੱਚ ਇਹਨਾਂ ਨੂੰ ਮਿਲਾ ਕੇ ਛਿੜਕਾ ਦਿੱਤਾ ਸਾਰੇ ਘਰ ਵਿੱਚ, ਸਗਰੋ ਅਜਾਰੀ ਸੋ ਲੀਪ ਬਣਾਇਓ, ਸਗਰੋ ਅਜਰ ਅਜਰ ਨਾਮ ਵਿਹੜੇ ਨੂੰ ਕਹਿੰਦੇ ਨੇ, ਤੇ ਇਸ ਵਾਸਤੇ ਸਾਰਾ ਜਿਹੜਾ ਵਿਹੜਾ ਹੈ ਚੰਗੀ ਤਰ੍ਹਾਂ ਲਿਪ ਕੇ ਬਣਾ ਕੇ ਭਲੀ ਪ੍ਰਕਾਰ, ਸਭ ਸੁਗੰਧ ਨੀਕੇ ਮਹਿਕਾਇਓ, ਸਾਰੀਆਂ ਸੁਗੰਧੀਆਂ ਜਿਹੜੀਆਂ ਸੀ ਚੰਗੀ ਤਰ੍ਹਾਂ ਮਹਿਕਾਉਣਾ ਕੀਤੀਆਂ, ਰਾਵਰ ਕੀ ਰਜਾਏ ਜੇ ਥਾਈ, ਜਿਸ ਥਾਂ ਦੇ ਆਪ ਜੀ ਦੀ ਰਜਾ ਆਗਿਆ ਹੋਵੇ, ਮਿਰਦਲ ਬਹੁਤ ਕੁਛਾ ਡਸਾਈ, ਉੱਤੇ ਬਹੁਤ ਹੀ ਕੋਮਲ ਜਿਹੜਾ ਦੱਬ ਦਾ ਘਾਹ ਹੈ ਇਸ ਨੂੰ ਵਿਛਾ ਕੇ, ਅਸ ਕਹਿ ਤੋ ਗਦਗਦ ਪੀ ਬਾਨੀ, ਬਸ ਇੰਨੇ ਵਚਨ ਕਹਿੰਦਿਆਂ ਤੇ
ਤੇ ਬਾਣੀ ਜਿਹੜੀ ਸੀ ਅਸਤ ਵਿਅਸਤ ਹੋ ਗਈ। ਭਾਈ ਸਧਾਰਨ ਦਾ ਕੰਠ ਜਿਹੜਾ ਸੀ ਬੈਰਾਗ ਦੇ ਵਿੱਚ ਰੁਕ ਗਿਆ। ਲੋਚਨ ਤੇ ਜਲ ਧਾਰ ਚਲਾਨੀ ਨੇਤਰਾਂ ਤੋਂ ਜਲਦੀਆਂ ਧਾਰਾਂ ਜਿਹੜੀਆਂ ਸੀ ਚੱਲ ਪਈਆਂ। ਕਿਤਕ ਸਿੱਖ ਤੇ ਠਾਂਡੇ ਦਰਸ਼ਨ ਗਏ, ਸਿੱਖ ਜਿਹੜੇ ਸਤਿਗੁਰੂ ਮਹਾਰਾਜ ਜੀ ਦੇ ਉੱਥੇ ਖੜੇ ਦਰਸ਼ਨ ਕਰ ਰਹੇ ਨੇ। ਬੈਠੇ ਕੇਤਕ ਦਰਸ਼ਨ ਪਰਸਾ ਗਈ, ਬੈਠੇ ਹੋਈ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਨੂੰ ਤੱਕ ਰਹੇ ਨੇ। ਸੁਣ ਕੇ ਸਭਨ ਕਰਨਾ ਠਾਨੀ, ਸਾਰਿਆਂ ਨੇ ਬਹੁਤ ਹੀ ਤੇ ਸਵਾਸਤੇ ਤੇ ਕਿਰਪਾ ਕੀਤੀ। ਸੁਣਦ ਪਇਓ ਦ੍ਰਿਗਤੇ ਬਹੁ ਪਾਣੀ, ਤੇ ਸੁਣ ਕੇ ਸਤਿਗੁਰਾਂ ਦਾ ਚਲਾਣਾ ਤੇ ਜਲਤੀ ਜੋ ਸਮਾਉਣਾ, ਸਾਰਿਆਂ ਨੇ ਬਹੁਤ ਬੈਰਾਗ ਕੀਤਾ। ਨੇਤਰਾਂ ਦੇ ਵਿੱਚੋਂ ਪਾਣੀ ਜਿਹੜਾ ਸੀ ਬਹੁਤ ਚੱਲ ਪਿਆ। ਜਨ ਕਰਨਾ ਰਸ ਬਹੁਤ ਸਰੀਰਾ, ਮਨੋਂ ਕਰਨਾ ਰਸ ਨੇ ਬਹੁਤੇ ਸਰੀਰ ਧਾਰ ਕੇ, ਬਸੂਰਤ ਹੋਏ ਅਧੀਰਾ, ਅਧੀਰਾਂ ਨੂੰ ਧਾਰ ਕੇ ਬਹੁਤ ਹੀ ਅਧੀਰਾ ਕਾਲਾ ਪੈ ਰਿਹਾ ਹੈ। ਗੁਰੂ ਗਿਆਨ ਕਰਨ ਪਿਕ ਸਭ ਤਾਈ, ਮਨੋਂ ਕਰਨਾ ਰਸ ਹੀ ਝੂਰ ਰਿਹਾ ਗੁਰੂ ਗਿਆਨ ਦੇ ਬੱਦਲ ਤੇ ਵੇਖ ਕੇ ਸਾਰਿਆਂ ਦੇ ਤਾਏ। ਸ੍ਰੀ ਮੁਖ ਤੇ ਮ੍ਰਿਦ ਗਿਰਾ ਅਲਾਈ, ਸਵਾਏ ਮਨ ਮੁਖੋਂ ਕੋਮਲ ਸਤਿਗੁਰੂ ਮਹਾਰਾਜ ਜੀ ਨੇ ਬਾਣੀ ਉਚਾਰਨ ਕੀਤੇ। ਸੁਨੇ ਸਭ ਝੂਠੋ ਜਾਣੋ, ਕਹਿੰਦੇ ਭਾਈ ਸਿੱਖੋ ਜਿਹੜਾ ਸਰੀਰ ਦਾ ਮੋਹ ਕਰਨਾ ਇਹ ਝੂਠਾ ਹੀ ਹੈ, ਜਾਣ ਲਓ। ਕਿਉਂ ਬਖਾ ਦੇ ਤੂੰ ਮਨ ਠਾਨੋ, ਤੇ ਕਿਉਂ ਤੁਸੀਂ ਇਤਨਾ ਆਪਣੇ ਮਨ ਦੇ ਵਿੱਚ ਬਖਾਰ ਦੁੱਖ ਮੰਨਦੇ ਹੋ। ਦੇਹ ਮਿਲਣ ਵਿਛੜਨ ਇਸ ਭਾਂਤੀ, ਦੇਹ ਦਾ ਜਿਹੜਾ ਮਿਲਣਾ ਹੈ ਦੇਹਾਂ ਦਾ ਤੇ ਵਿਛੋੜਾ ਇਸ ਤਰ੍ਹਾਂ ਹੈ। ਦਿਵਸ ਪੁਨੇ ਆਵੇ ਰਾਤੀ, ਜਿਸ ਤਰ੍ਹਾਂ ਪਹਿਲਾਂ ਦਿਨ ਚੜ੍ਹਦਾ ਹੈ, ਦਿਨ ਦੀ ਸਮਾਪਤੀ ਤੋਂ ਬਾਅਦ ਰਾਤ ਆ ਜਾਂਦੀ ਹੈ। ਇਹ ਨਰ ਮਿਲੇ ਸ਼ਬਦ ਕੇ ਸੰਗਾ, ਜਿਹੜੇ ਭਾਈ ਪੁਰਸ਼ ਸਤਿਗੁਰਾਂ ਦੇ ਸ਼ਬਦ ਦੇ ਨਾਲ ਮਿਲੇ ਹੋਏ ਨੇ। ਮੈਂ ਸਦੀਵ ਰਾਜ ਤੇ ਰੰਗਾ, ਮਹਾਰਾਜ ਕਹਿੰਦੇ ਹਮੇਸ਼ਾ ਵਾਸਤੇ ਉਸਦੇ ਰੰਗਾ ਪ੍ਰੇਮ ਦੇ ਵਿੱਚ ਹੀ ਰਚੇ ਰਹਿੰਦੇ ਨੇ। ਇਹ ਨਰ ਵਿਛੜੇ ਮੋਰ ਕਦਾਈ, ਫੇਰ ਕਹਿੰਦੇ ਉਹ ਕਦੇ ਵੀ ਪੁਰਸ਼ਾਂ ਦਾ ਵਿਛੋੜਾ ਨਹੀਂ ਹੁੰਦਾ। ਨੀਰੇ ਮੈਂ ਨੀਰ ਸਮਾਈ, ਜਿਸ ਤਰ੍ਹਾਂ ਪਾਣੀ ਦੀ ਨਦੀ ਸਮੁੰਦਰ ਦੇ ਪਾਣੀ ਵੀ ਸਮਾ ਜਾਂਦੀ ਹੈ। ਸੋ ਮਿਲਣੇ ਕੀ ਜੇ ਚਾਹੀ, ਜਿਹੜੇ ਤਾਈ ਮੈਨੂੰ ਮਿਲਣ ਦੀ ਮਹਾਰਾਜ ਕਹਿੰਦੇ ਚਾਹ ਇੱਛਾ ਹੈ। ਵਿਛੜਨੋ ਪਾਵੇ ਨਾਹੀ, ਸਦਾ ਵਾਸਤੇ ਜਿਹਨੂੰ ਵਿਛੋੜਾ ਨਹੀਂ ਚੰਗਾ ਲੱਗਦਾ ਹੈ। ਸ਼ਬਦ ਕਰੇ ਅਭਿਆਸੇ, ਮਹਾਰਾਜ ਕਹਿੰਦੇ ਉਹ ਪੁਰਸ਼ ਸ਼ਬਦ ਦਾ ਅਭਿਆਸ ਕਮਾਈ ਕਰੇ। ਸਰਵਣ ਮੰਨਣ ਨਿਤ ਪ੍ਰਾਪਤੀ ਨਿਧਿਆਸੇ, ਸਰਵਣ ਕਰਨਾ ਤੇ ਫੇਰ ਮੰਨਣਾ ਤੇ ਫੇਰ ਨਿਧਾ ਪ੍ਰਾਪਤੀ ਨਿਧਿਆਸੇ, ਸਿਮਰਨ ਦੇ ਮਨ ਨੂੰ ਟਿਕਾਉਣਾ ਹੈ। ਸੰਦੇਹ ਮਿਲੇ ਮੁਝ ਸੰਗਾ, ਮਹਾਰਾਜ ਕਹਿੰਦੇ ਬਿਨਾਂ ਸੰਸੇ ਤੋਂ ਸਿੱਖ ਮੇਰੇ ਤਾਈ ਮਿਲ ਜਾਵੇਗਾ। ਹੋਰ ਨਾ ਵਿਛੜੇ ਹੋਇਆ ਇੱਕ ਰੰਗਾ, ਤੇ ਫੇਰ ਉਹਦਾ ਕਦੇ ਵਿਛੋੜਾ ਨਹੀਂ ਹੋਵੇਗਾ ਤੇ ਇੱਕ ਰੰਗ ਹੋਜੂ, ਇੱਕ ਵਾਹਿਗੁਰੂ ਦਾ ਸਰੂਪ ਹੀ ਇੱਕ ਰਸ ਹੋ ਜਾਵੇਗਾ। ਤੇ ਤੁਮ ਅਬ ਤਜੋ ਬਖਾਦਾ, ਮਹਾਰਾਜ ਕਹਿੰਦੇ ਇਸ ਕਰਕੇ ਬਖਾਦਾ ਜਿਹੜਾ ਦੁੱਖ ਹੈ ਇਹਨੂੰ ਛੱਡ ਦਿਓ। ਗਾਵੋ ਸ਼ਬਦ ਕਰੋ ਅਹਿਲਾਦਾ, ਤੇ ਸਤਿਗੁਰਾਂ ਦੀ ਬਾਣੀ ਦੇ ਸ਼ਬਦਾਂ ਨੂੰ ਗਾਵੋ ਤੇ ਆਨੰਦ ਕਰਨਾ ਕਰੋ। ਦਿਸ਼ਟ ਮਾਨ ਜੋ ਸਰਬ ਪਸਾਰਾ, ਜਿਹੜਾ ਦਿਸਣ ਵਾਲਾ ਸਾਰਾ ਪਸਾਰਾ ਹੈ ਸੰਸਾਰ ਦਾ। ਨਾਸਵੰਤ ਸੋ ਲਿਹੋ ਵਿਚਾਰਾ, ਮਹਾਰਾਜ ਕਹਿੰਦੇ ਤਾਂ ਨਾਸਵੰਤ ਹੈ, ਆਪਣੇ ਮਨ ਦੇ ਵਿਚਾਰ ਲਵੋ। ਪਰ ਜੈ ਫਿਰ ਨਾ ਰਹਾਈ, ਇਹ ਤਾਂ ਹਮੇਸ਼ਾ ਵਾਸਤੇ ਉਲਟ ਹੋ ਜਾਂਦਾ, ਬਦਲ ਜਾਂਦਾ ਹੈ, ਇੱਕ ਰਸ ਨਹੀਂ ਰਹਿੰਦਾ ਹੈ, ਚਲਾਇਮਾਨ ਹੋ ਜਾਂਦਾ, ਫਿਰ ਨਹੀਂ ਰਹਿੰਦਾ ਹੈ। ਜੋ ਤੁਰਵ ਕਹਿਤੀ ਅਤੁਰਵ ਹੋਇ ਜਾਈ, ਜਿਵੇਂ ਕਿਸੇ ਚੀਜ਼ ਨੂੰ ਤੁਰਵ ਅਚਲ ਕਹੀਏ ਤੇ ਉਹ ਤੁਰਵ ਕੀ ਚਲਾਇਮਾਨ ਹੋ ਜਾਂਦੀ ਹੈ। ਸੂਰਜ ਪ੍ਰਕਾਸ਼ ਕਰਾਊ, ਮਹਾਰਾਜ ਕਹਿੰਦੇ ਚੰਦਰਮਾ ਤੇ ਸੂਰਜ ਜੋ ਪ੍ਰਕਾਸ਼ ਕਰਦੇ ਹਨ, ਕਾਲ ਪਾਏ ਤਿਨ ਹੋਏ ਅਪਾਊ, ਤੇ ਕਾਲ ਪਾ ਕੇ ਜਦੋਂ ਸਮਾਪਤੀ ਦਾ ਸਮਾਂ ਆਉਂਦਾ ਤੇ ਉਹਨਾਂ ਦਾ ਵੀ ਅਭਾਵ ਹੋ ਜਾਂਦਾ, ਭਾਵ ਕਿ ਇਸ ਵਾਸਤੇ ਉਹਨਾਂ ਦੀ ਜਿਹੜੀ ਹੋਂਦ ਹੈ ਤੇ ਉਹ ਬਿਲਕੁਲ ਹੀ ਨਾਸ ਹੋ ਜਾਂਦੀ ਹੈ। ਜੋ ਸੁਮੇਰ ਸਭ ਸੁਰਨ ਅਧਾਰਾ, ਜੋ ਸੁਮੇਰ ਪਰਬਤ ਸਾਰੇ ਦੇਵਤਿਆਂ ਦਾ ਆਸਰਾ ਰੂਪ ਮੰਨਿਆ ਹੋਇਆ, ਜੈ ਹੋਵਤ ਲੱਗੇ ਨਬਾਰਾ, ਮਹਾਰਾਜ ਕਹਿੰਦੇ ਉਹ ਸੁਮੇਰ ਵੀ ਨਾਸ ਹੋ ਜਾਂਦਾ, ਕੋਈ ਦੇਰ ਨਹੀਂ ਲੱਗਦੀ। ਧਰਨੀ ਜਲ ਸਾਗਰ ਗੰਭੀਰਾ, ਇਹ ਧਰਤੀ ਹੈ, ਪਾਣੀ ਹੈ, ਸਮੁੰਦਰ ਜੋ ਡੂੰਘੇ ਹਨ, ਅਗਰ ਕਾਲ ਸੋ ਧਰੇ ਨਾ ਥੀਰਾ, ਕਾਲ ਦੇ ਅੱਗੇ ਕੋਈ ਵੀ ਧੀਰਜ ਹੌਸਲਾ ਧਾਰ ਕੇ ਖੜ ਨਹੀਂ ਸਕਦਾ ਹੈ। ਕਾਵਕ ਪੌਣ ਪਰਾਕਰਮ ਜੁਗਤਾ, ਆਦੀ ਅਗਨੀ ਹੈ ਤੇ ਪੌਣ ਹੈ ਤੇ ਪਰਾਕਰਮ ਬਲ ਦੇ ਜੁਗਤਾ ਸਮੇਤ, ਕਾਲ ਪਾਏ ਸੋ ਹੋਏ ਅਸਗਤਾ, ਕਾਲ ਸਮਾਂ ਪਾ ਕੇ ਜਦੋਂ ਮੌਤ ਦਾ ਆਉਂਦਾ ਹੈ ਤੇ ਸਵਾਸ
ਵਾਸਤੇ ਇਹ ਵੀ ਬਲ ਤੋਂ ਹੀਣ ਹੋ ਜਾਂਦੇ ਨੇ। ਮਹਾਬਲੀ ਰਾਕਸ ਜੇ ਰਾਜਾ, ਮਹਾਬਲ ਵਾਲੇ ਜਿਹੜੇ ਵੱਡੇ ਵੱਡੇ ਰਾਕਸ ਨੇ ਤੇ ਰਾਜੇ ਹਨ, ਕਾਲ ਡੰਗ ਸਭ ਕੇ ਸਿਰ ਗਾਜਾ, ਕਾਲ ਦਾ ਡੰਕਾ ਡੱਗਾ ਜਿਹੜਾ ਸਾਰਿਆਂ ਦੇ ਸਿਰ ਦੇ ਉੱਤੇ ਗੱਜ ਰਿਹਾ, ਕਾਲ ਦੇ ਨਗਾਰੇ ਦਾ ਡੱਗਾ। ਦੇ ਅਵਤਾਰ ਜਿੱਤੇ ਰਣ ਧੀਰਾ, ਜਿੰਨੇ ਵੀ ਵੱਡੇ ਵੱਡੇ ਅਵਤਾਰ ਹੋਏ ਤੇ ਜੰਗ ਦੇ ਵਿੱਚ ਹੌਸਲੇ ਵਾਲੇ, ਕਾਲ ਪਾਏ ਕੇ ਤਜਨ ਸਰੀਰਾ, ਜਿਸ ਵੇਲੇ ਮੌਤ ਦਾ ਸਮਾਂ ਆ ਗਿਆ ਤੇ ਸਾਰਿਆਂ ਨੇ ਆਪਣੇ ਸਰੀਰਾਂ ਨੂੰ ਕਰਨਾ ਕੀਤਾ। ਮਹਾਂ ਸਿੱਧ ਸੁਰ ਗੰਧਰਵ ਕਿੰਨਰ, ਆਦਿ ਮਹਾਂ ਵੱਡੇ ਵੱਡੇ ਸਿੱਧ ਜਿਹੜੇ ਸੀ, ਸੁਰ ਦੇਵ ਤੇ ਗੰਧਰਵ ਦੇਵਤਿਆਂ ਦੇ ਰਾਗੀ, ਹਾ ਹਾ ਹੋ ਹੋ ਤੇ ਕਿੰਨਰ ਜਿਹੜੇ ਉਹਨਾਂ ਦੇ ਸਾਜਾਂ ਨੂੰ ਵਜਾਉਣ ਵਾਲੇ ਵਜੰਤਰੀ ਲੋਕ ਹਨ। ਆਖੇ ਆਦ ਸਭ ਹੋਏ ਖਿਨ ਭੰਗਰ, ਜਸ਼ਾਲਕ ਤੇ ਸਾਰੇ ਖਿਨ ਦੇ ਵਿੱਚ ਨਾਸ ਹੋ ਗਏ ਨੇ। ਜਮ ਉਡਗਨ ਪ੍ਰਹੂਤ ਕੁਮੇਰਾ, ਜਮ ਧਰਮ ਰਾਜਾ ਤੇ ਉਡਗਨ ਤਾਰੇ ਤੇ ਪ੍ਰਹੂਤ ਇੰਦਰ ਤੇ ਕੁਮੇਰ ਜਿਹੜੇ ਹਨ, ਵਪਰਜੈ ਲਗੇ ਨਾ ਬਿਦੇਰਾ। ਮਹਾਰਾਜ ਕਹਿੰਦੇ ਵੀ ਵਪਰਜੈ ਬਦਲ ਜਾਂਦੇ ਨੇ, ਭਾਵ ਕੀ ਹੈ ਇਹ ਵੀ ਨੇਸ ਤੋਂ ਨਬੂਦ ਹੋ ਜਾਂਦੇ ਨੇ, ਨਾਸ ਹੋ ਜਾਂਦੇ, ਦੇਰ ਨੀ ਲੱਗਦੀ, ਇੱਕ ਰਸ ਨਹੀਂ ਰਹਿ ਸਕਦੇ। ਬ੍ਰਹਮਾ ਦਾ ਕਾਰਨ ਕੇਰੂ, ਜਿਹੜਾ ਬ੍ਰਹਮਾ ਸਾਰੇ ਸੰਸਾਰ ਦਾ ਕਾਰਨ ਮੰਨਿਆ ਹੋਇਆ ਬਣਾਉਣ ਵਾਲਾ, ਤੇ ਅਭਾਵ ਕਰੇ ਕਾਲ ਕਰੇ ਰੋ, ਕਹਿੰਦੇ ਉਹ ਜਿਹੜਾ ਕਰੜੇ ਸੁਭਾਅ ਵਾਲਾ ਕਾਲ ਹੈ ਤੇ ਉਹਦਾ ਵੀ ਅਭਾਵ ਖਾਤਮਾ ਕਰ ਦਿੰਦਾ, ਜਾਂ ਕਰੜਾਪਣ ਜਿਹੜਾ ਬ੍ਰਹਮਾ ਦੇ ਅੰਦਰ। ਹਰੀ ਵਿਸ਼ਨਾ ਜੇ ਜਗਤਿਆ ਲਾਏ, ਜਿਸ ਨੂੰ ਹਰੀ ਕਰਕੇ ਵਿਸ਼ਨੂੰ ਕਰਕੇ ਸਾਰਾ ਸੰਸਾਰ ਕਹਿੰਦਾ ਹੈ, ਹਰੀ ਹਰ ਕੁਤਾ ਤੇ ਕੀ ਜਾਏ, ਉਹ ਹਰੀ ਦਾ ਜਿਹੜਾ ਹਰ ਕੁਤਾ ਨਾਸ ਪਾਉਣਾ ਹੈ ਤੇ ਇਸ ਵਾਸਤੇ ਨਾਸ ਕਰਨਾ ਹੈ, ਵਿਸ਼ਨ ਪਾਉਣਾ ਹੈ, ਉਹ ਸਾਰਾ ਹੀ ਤਲੇ ਜਾਂਦਾ। ਰੁਦਰੇ ਵੇਖ ਭਿਆਨਕ ਜਾਹੀ, ਜਿਹੜਾ ਸ਼ਿਵ ਜੀ ਆਪਣੇ ਭਿਆਨਕ ਭੇਖ ਨੂੰ ਧਾਰ ਕੇ, ਹਾਲ ਪਾਏ ਸੇ ਹੋਵੇ ਨਾਹੀ, ਕਹਿੰਦੇ ਸਮਾਂ ਪਾ ਕੇ ਤੇ ਉਹਦੀ ਵੀ ਹੋਂਦ ਜਿਹੜੀ ਸੰਸਾਰ ਵਿੱਚ ਨਹੀਂ ਰਹਿੰਦੀ। ਸਭ ਕੋ ਜੋ ਆਧਾਰ ਆਕਾਸ਼ਾ, ਜਿਹੜਾ ਸਾਰੀਆਂ ਚੀਜ਼ਾਂ ਦਾ ਤੇ ਆਧਾਰ ਆਸਰਾ ਬਣਿਆ ਹੋਇਆ ਆਕਾਸ਼ ਹੈ। ਕਾਲ ਅਗਾਰੀ ਹੋਏ ਸੋ ਨਾਸਾ, ਮਹਾਰਾਜ ਕਹਿੰਦੇ ਕਾਲ ਦੇ ਅੱਗੇ ਉਹ ਆਕਾਸ਼ ਵੀ ਨਾਸ ਹੋ ਜਾਂਦਾ ਹੈ। ਜਿਨ ਜੀਵਨ ਕਿਆ ਗਿਣਤੀ ਹੋਈ, ਜਿਹੜੇ ਛੋਟੇ ਜੀਵ ਉਹਨਾਂ ਦੀ ਕੀ ਗਿਣਤੀ ਵਿਚਾਰ ਹੋ ਸਕਦੀ ਹੈ। ਦੱਸਿਓ ਕਾਲ ਕੋ ਹੈ ਸਭ ਕੋਈ, ਸਭ ਕੋਈ ਜਿਤਨਾ ਹੀ ਸਾਰਾ ਸੰਸਾਰ ਹੈ ਕਾਲ ਦੇ ਨਾਲ ਹੀ ਗ੍ਰਸਿਆ ਹੋਇਆ। ਮੈਨੂੰ ਇਸਤਰ ਕਿਨਹੂ ਨਾਹੀ, ਕਿਸੇ ਨੇ ਵੀ ਇਹ ਸੰਸਾਰ ਦੇ ਚੱਲ ਨਹੀਂ ਰਹਿਣਾ। ਸਮਾਂ ਸਭ ਹੀ ਬਿਨਸਾਹੀ, ਸਮਾਂ ਪਾ ਕੇ ਤੇ ਸਾਰੇ ਸੰਸਾਰ ਨੇ ਬਿਨਸ ਜਾਣਾ ਹੈ। ਸੂਖਮ ਤੇ ਸੂਖਮ ਕਾਲੂ, ਮਹਾਰਾਜ ਕਹਿੰਦੇ ਜੋ ਕਾਲ ਹੈ ਤੇ ਸੂਖਮ ਤੋਂ ਸੂਖਮ ਹੈ, ਅਰਸੇ ਕਰਕੇ ਅਤਿ ਵਿਸਾਲ ਤੇ ਮਹਾ ਵਿਸਾਲੂ, ਤੇ ਵੱਡਿਆਂ ਤੋਂ ਵੱਡਾ ਹੈ ਬੜਾ ਭਾਰੀ। ਕਰੇ ਊਚ ਤੇ ਜੋ ਅਤਿ ਨੀਚੂ, ਜਿਹੜੇ ਵੱਡੇ ਵੱਡੇ ਉੱਚੀਆਂ ਪਦਵੀਆਂ ਵਾਲੇ ਤੇ ਉਹਨਾਂ ਨੂੰ ਨੀਵੇਂ ਬਣਾ ਦਿੰਦਾ ਹੈ। ਨੀਚੇ ਥੱਪੇ ਊਚ ਖਿਨਾ ਬੀਚੂ, ਕਹਿੰਦੇ ਤੇ ਨੀਚਾਂ ਨੀਵਿਆਂ ਨੂੰ ਤੇ ਉੱਚੀਆਂ ਪਦਵੀਆਂ ਦੇ ਉੱਤੇ ਥਾਪ ਦਿੰਦਾ ਹੈ। ਰਾਈ ਮੇਰੂ ਮੇਰ ਤੇ ਰਾਈ, ਰਾਈ ਦੇ ਕਣਕੇ ਵਾਂਗ ਰੇਤ ਦੇ ਕਣਕੇ ਤੋਂ ਸਮੇਰ ਬਣਾ ਦਿੰਦਾ, ਤੇ ਸਮੇਰ ਪਰਬਤ ਤੋਂ ਰੇਤ ਦੇ ਕਣਕੇ ਵਾਂਗ ਬਣਾ ਦਿੰਦਾ। ਵਸੇ ਉਜਾਰ ਹੈ ਉਜਰ ਵਸਾਈ, ਤੇ ਵਸੀਆਂ ਹੋਈਆਂ ਜਗ੍ਹਾ ਨੂੰ ਉਜਾੜ ਦਿੰਦਾ ਹੈ ਤੇ ਉਜੜੀਆਂ ਹੋਈਆਂ ਦੇ ਤਾਂ ਹੀ ਵਸਾ ਦਿੰਦਾ ਹੈ। ਮਹਾਬਲੀ ਚਾਹੇ ਸੋ ਕਰਹੀ, ਕਾਲ ਮਹਾਬਲੀ ਹੈ ਤੇ ਜੋ ਚਾਹੁੰਦਾ ਉਹ ਕਰ ਦਿੰਦਾ ਹੈ। ਇਸ ਅੱਗੇ ਕੋ ਧੀਰ ਨਾ ਧਰਹੀ, ਇਸ ਦੇ ਅੱਗੇ ਕੋਈ ਵੀ ਹੌਸਲਾ ਧਾਰ ਕੇ ਅਚਲ ਹੋ ਕੇ ਖੜ ਨਹੀਂ ਸਕਦਾ। ਤਨਖਿਆ ਭਾਵ ਹੱਥ ਹੈ ਜਾ ਕੇ, ਜਿਸ ਦੇ ਹੱਥ ਵਿੱਚ ਸੰਸਾਰ ਨੂੰ ਅਭਾਵ ਖਾਤਮਾ ਕਰਨ ਦਾ ਧਨਕ ਪਕੜਿਆ ਹੋਇਆ। ਰਾਗ ਦੁਆਖ ਮਾਣ ਵੜਤਾ ਕੇ, ਰਾਗ ਤੇ ਦੁਆਖ ਵੱਡੇ ਦੋ ਇਸਨੇ ਤੀਰ ਪਕੜੇ ਹੋਏ ਨੇ। ਹੈ ਕਰ ਜਾਗੀ ਉਪਜਾਵੇ ਸੋ, ਤੇ ਕਹਿੰਦੇ ਨੇ ਕਿ ਇਸ ਤਰ੍ਹਾਂ ਤੇ ਸੰਸਾਰ ਜਿਹੜਾ ਹੈ ਸ਼ਹਿ ਕਰ ਜਾਗ, ਸਾਰੇ ਸੰਸਾਰ ਨੂੰ ਨਾਸ ਵੀ ਕਰਦਾ ਤੇ ਪੈਦਾ ਕਰਨ ਵਾਲਾ ਵੀ ਉਹੀ ਹੈ। ਇਸ ਲੀਲਾ ਜਿਉਂ ਦੇਖਣਾ ਕੋ, ਹਾਂਜੀ, ਤੇ ਇਸ ਲੀਲਾ ਜਿਉਂ ਖੇਡ ਨਾ ਕੋ, ਜਿਵੇਂ ਬੱਚੇ ਜਿਹੜੇ ਨੇ ਤੇ ਲੀਲਾ ਖੇਡ ਕਰਦੇ ਆ, ਤੇ ਇਸ ਵਾਸਤੇ ਖੇਡਾਂ ਬਣਾਉਂਦੇ ਨੇ ਭੇਟਾ ਦਿੰਦੇ ਨੇ ਤੇ ਉਹਨਾਂ ਨੂੰ ਉਹਨਾਂ ਦਾ ਉਹਨਾਂ ਖੇਡਾਂ ਦਾ ਕੋਈ ਵੀ ਖੇਡ ਬੱਚਿਆਂ ਨੂੰ ਦੁੱਖ ਨਹੀਂ ਹੁੰਦਾ ਹੈ। ਸੂਰਜ ਚੰਦ ਗੋਏ ਕਰ ਹਾਥੇ, ਕਹਿੰਦੇ ਸੂਰਜ ਤੇ ਚੰਦਰਮਾ ਨੂੰ ਤੇ ਗੇਂਦ ਵਾਂਗ ਬਣਾ ਕੇ ਆਪਣੇ ਹੱਥਾਂ ਵਿੱਚ, ਇਹਨੇ ਨਿਤ ਸ਼ਾਂਤ ਸਾਥੇ, ਹਮੇਸ਼ਾ ਵਾਸਤੇ ਕਾਲ ਖੇਡਦਾ ਹੈ ਤੇ ਆਪਣੇ ਹੱਥਾਂ ਵਿੱਚ ਉਹਨਾਂ ਨੂੰ ਉਛਾਲਦਾ ਹੈ। ਬ੍ਰਹਮ ਉਦੰਬਰ ਬਿਰਖ ਸਮਾਨਾ, ਹਾਂਜੀ, ਬ੍ਰਹਮ ਬਿਰਖ ਜਿਹੜਾ ਮੰਨਿਆ ਹੋਇਆ ਹੈ ਤੇ ਇਸ ਵਾਸਤੇ ਤੇ ਗੁੱਲਰ ਦੇ ਬਿਰਸ਼ ਵਾਂਗ
ਤੇ ਇਸ ਤਰ੍ਹਾਂ ਉਹਦੇ ਸਦਰਸ ਹਨ ਅਨੇਕ ਬ੍ਰਹਿਮੰਡ ਪਰਮਾਨਾ ਤੇ ਗੁੱਲਰ ਦੇ ਫਲ ਵਾਂਗੂੰ ਤੇ ਬ੍ਰਹਮ ਨੂੰ ਕਹਿੰਦੇ ਇਸ ਤਰ੍ਹਾਂ ਤੇ ਅਨੇਕਾਂ ਹੀ ਬ੍ਰਹਿਮੰਡਾਂ ਰੂਪੀ ਫਲ ਜਿਹੜੇ ਲੱਗੇ ਹੋਏ ਹਨ ਗੁੱਲਰ ਦੇ ਵਿਰਸ ਨੂੰ ਜਿਵੇਂ ਗੁੱਲਾਂ ਲੱਗੀਆਂ ਹੁੰਦੀਆਂ ਨੇ ਅਖਿਤ ਕਾਲ ਨਾ ਤ੍ਰਿਪਤੈ ਕੈਸੇ ਕਦੇ ਕਾਲ ਸਾਰਿਆਂ ਬ੍ਰਹਿਮੰਡਾਂ ਨੂੰ ਵੀ ਨਾਸ ਕਰ ਦਿੰਦਾ ਤੇ ਕਦੇ ਵੀ ਰੱਜਦਾ ਨਹੀਂ ਹੈ ਆਹੂਤੀ ਪਾਵਕ ਜੈਸੇ ਤੇ ਜਿਸ ਤਰ੍ਹਾਂ ਸਤਸੰਗ ਜੀ ਘਿਓ ਵਿੱਚ ਘਿਓ ਦੀ ਆਹੂਤੀ ਅੱਗ ਵਿੱਚ ਪਾਈ ਜਾਓ ਤੇ ਉਹ ਤ੍ਰਿਪਤ ਨਹੀਂ ਹੁੰਦੀ ਹੋਰ ਜਲਦੀ ਇਸੇ ਤਰ੍ਹਾਂ ਕਾਲ ਦਾ ਸੁਭਾਅ ਹੈ ਮੂਰਤ ਬਿਦਤ ਨਾ ਪਰੇ ਪਛਾਣੀ ਪਰ ਕਾਲ ਦੀ ਜਿਹੜੀ ਮੂਰਤ ਸਰੂਪ ਹੈ ਉਹ ਪ੍ਰਗਟ ਨਹੀਂ ਪਛਾਣਿਆ ਜਾਂਦਾ ਕਦੀ ਮਾਸੀ ਬਰਖੇ ਤੇ ਜਾਨੀ ਇਸ ਵਾਸਤੇ ਘੜੀਆਂ ਬਤੀਤ ਹੋ ਰਹੀਆਂ ਮਹੀਨੇ ਬਤੀਤ ਹੋ ਰਹੇ ਹੁਣ ਸਾਲ ਹੋ ਗਏ ਤੇ ਇਸੇ ਤਰ੍ਹਾਂ ਕਾਲ ਨੂੰ ਜਾਣਿਆ ਜਾਂਦਾ ਤੀਵਰ ਕਾਲ ਕਿਰਿਆ ਜੇ ਜਾਲਾ ਕਹਿੰਦੇ ਜਿਹੜਾ ਕਾਲ ਇੱਕ ਧਿਓਰ ਵਾਂਗ ਹੈ ਤੇ ਜਿਹੜੀ ਇਸ ਦੀ ਖਤਮ ਕਰਨ ਦੀ ਦੁਨੀਆਂ ਨੂੰ ਕਿਰਿਆ ਹੈ ਤੇ ਇਹ ਜਾਲ ਪਾਉਣ ਵਾਂਗ ਮੰਨੀ ਹੋਈ ਹੈ ਮਸੇ ਜੀਵ ਤਿਸਮਾਏ ਬਸਾਲਾ ਇਸ ਦੇ ਮੌਤ ਦੇ ਜਾਲ ਵਿੱਚ ਅਨੇਕਾਂ ਜੀਵ ਜਿਹੜੇ ਫਸ ਜਾਂਦੇ ਹਨ ਹੋਏ ਨਾ ਸੇ ਕੇ ਭਾਂਤੀ ਕਿਸੇ ਤਰ੍ਹਾਂ ਵੀ ਤੇ ਕਾਲ ਤੋਂ ਛੁੱਟਣਾ ਨਹੀਂ ਹੁੰਦਾ ਹੈ ਮੈਂ ਪਤਹਿ ਨਾ ਪਾਵੇ ਸ਼ਾਂਤੀ ਦੁੱਖ ਦੇ ਵਿੱਚ ਖਚਤ ਹੋਏ ਰਹਿੰਦੇ ਤੇ ਸ਼ਾਂਤੀ ਟਿਕਾ ਨਹੀਂ ਪਾਉਂਦੇ ਵੇਦਕ ਹੈ ਪਰਪੰਚ ਪਸਾਰਾ ਇਹ ਪਰਪੰਚ ਛਲ ਰੂਪ ਸਾਰਾ ਸਾਰੇ ਸੰਸਾਰ ਦਾ ਕਈ ਵਾਰ ਕੇ ਕਾਲ ਅਹਾਰਾ ਕਈ ਵਾਰੀ ਸੰਸਾਰ ਦੇ ਪਸਾਰੇ ਨੂੰ ਕਾਲ ਨੇ ਆਪਣਾ ਭੋਜਨ ਬਣਾਇਆ ਹੈ ਮੋਰੋ ਰਚੇ ਸੁਖੇਨ ਸਵਰਕ ਫੇਰ ਸੰਸਾਰ ਨੂੰ ਰਚ ਲੈਂਦਾ ਸੁਖਾਲਾ ਹੀ ਚੰਗੀ ਤਰ੍ਹਾਂ ਸਵਾਰ ਕੇ ਰੋਹਨ ਵਿਸ਼ਨਾ ਸੇਵਾ ਨਿਜ ਤਨ ਧਰਕ ਇਸ ਤਰ੍ਹਾਂ ਬ੍ਰਹਮਾ ਤੇ ਸ਼ਿਵ ਜੀ ਤੇ ਵਿਸ਼ਨੂੰ ਆਪਣਾ ਰੂਪ ਧਾਰ ਕੇ ਅੰਤਰ ਧਿਆਨ ਕਰੇ ਪੁਨ ਤਾਹੀ ਫੇਰ ਕਹਿੰਦੇ ਉਹਨਾਂ ਤਿੰਨਾਂ ਦੇ ਤਾਈ ਹੀ ਬ੍ਰਹਮਾ ਵਿਸ਼ਨੂੰ ਸ਼ਿਵ ਜੀ ਨੂੰ ਰਚ ਕੇ ਤੇ ਅੰਤਰ ਧਿਆਨ ਅਲੋਪ ਵੀ ਇਹਨਾਂ ਤਿੰਨਾਂ ਨੂੰ ਕਰ ਦਿੰਦਾ ਕਾਲ ਗ੍ਰਸੇ ਸਕਲ ਕੋ ਤਜੇ ਨਾ ਕਾਹੀ ਤੇ ਸਾਰਿਆਂ ਨੂੰ ਗ੍ਰਸ ਲੈਂਦਾ ਹੈ ਤੇ ਕਿਸੇ ਤਰ੍ਹਾਂ ਵੀ ਛੱਡਦਾ ਨਹੀਂ ਹੈ ਦਿਨ ਕਰਨਾ ਤੇ ਕਰੂਰ ਬਸਾਲਾ ਬਿਨਾਂ ਦਇਆ ਤੋਂ ਸੁਭਾਅ ਹੈ ਇਸ ਕਾਲ ਦਾ ਤੇ ਬਹੁਤ ਹੀ ਕਰੂਰ ਭਿਆਨਕ ਕਰੜਾ ਸੁਭਾਅ ਹੈ ਮ੍ਰਿਗ ਬ੍ਰਹਿਮੰਡ ਕਿਹਰੀ ਕਾਲਾ ਤੇ ਜਿੰਨੇ ਬ੍ਰਹਿਮੰਡ ਨੇ ਤੇ ਤਾਂ ਮ੍ਰਿਗ ਹਰਨ ਵਾਂਗ ਨੇ ਤੇ ਕਾਲ ਜਿਹੜਾ ਕਿਹੜੀ ਸ਼ੇਰ ਹੈ ਇਹਨਾਂ ਦੇ ਆਲੇ ਦੁਆਲੇ ਕਰ ਰਿਹਾ ਦੂਰਾ ਕਮਲ ਫੂਲ ਅਦਭੁਤ ਹੈ ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਉਹ ਕਮਲ ਦੇ ਫੁੱਲ ਵਾਂਗ ਤੇ ਅਦਭੁਤ ਕੀ ਬਹੁਤ ਹੀ ਅਸਚਰਜ ਹੈ ਤੇ ਸੋਏ ਇਸ ਕਾਲ ਤੋਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਕਮਲ ਵਾਂਗ ਨਿਰਲੇਪ ਤੇ ਪ੍ਰਕਾਸ਼ਮਈ ਬਚਿਆ ਹੋਇਆ ਮੈਂ ਸਮੀਪ ਤੈ ਜਾਵਈ ਤੇ ਕਾਲ ਉਸ ਅਕਾਲ ਪੁਰਖ ਦੇ ਕੋਲ ਨਹੀਂ ਜਾਂਦਾ ਉਹ ਬਿਨਾਂ ਬਲ ਹੋਏ ਬਿਨਾਂ ਨਹੀਂ ਕਹਿੰਦੇ ਬਲ ਤੋਂ ਹੋ ਜਾ ਹੋ ਰਹਿੰਦਾ ਹੈ ਉੱਥੇ ਸ਼ਾਂਤ ਮੰਤਰੀ ਅੰਕਰ ਤਾਸੂ ਹਾਂਜੀ ਸ਼ਾਂਤ ਮੈਤਰੀ ਅੰਕਰ ਤਾਸੂ ਇਸ ਵਾਸਤੇ ਸ਼ਾਂਤ ਸੁਭਾਅ ਜਿਹੜਾ ਰੱਖਣਾ ਹੈ ਤੇ ਮੈਤਰੀ ਸੁਭਾਅ ਰੱਖਣਾ ਹੈ ਤੇ ਸਾਰੇ ਭਾਈ ਸਾਹਿਬ ਜੀ ਕਹਿੰਦੇ ਨੇ ਤੇ ਇਸ ਵਾਸਤੇ ਤੇ ਇਹ ਅੰਤਰੂ ਕੀ ਅਨੁਕੂਲ ਹੈ ਤੇ ਸਾਰਿਆਂ ਦਾ ਸ਼ਾਂਤ ਸੁਭਾਅ ਰੱਖਣਾ ਤੇ ਇਸੇ ਤਰ੍ਹਾਂ ਮੈਤਰੀ ਸੁਭਾਅ ਰੱਖਣਾ ਤੇ ਇਸ ਦਾ ਅੰਕਰ ਅੰਕੂ ਅੰਗੂਰ ਹੈ ਚੇਤਨਤਾ ਮਾਤਰ ਪ੍ਰਕਾਸ਼ ਕਹਿੰਦੇ ਕੇਵਲ ਚੇਤਨਤਾ ਮਾਤਰ ਪ੍ਰਕਾਸ਼ ਭਾਵ ਕੀ ਚੇਤਨ ਪ੍ਰਕਾਸ਼ ਮਾਤਰ ਹੈ ਉਹ ਸਾਰਿਆਂ ਦੇ ਵਿੱਚ ਮੈਂ ਕਾਲ ਨੀਨ ਹੋਏ ਜਾਵ ਹੈ ਕਹਿੰਦੇ ਚੇਤਨ ਸਰੂਪ ਅਕਾਲ ਪੁਰਖ ਦੇ ਅੰਦਰ ਹੀ ਕਾਲ ਜਿਹੜਾ ਲੀਨ ਹੋ ਜਾਂਦਾ ਹੈ ਇਹ ਤਜ ਅਪਰ ਸਰਬ ਕੋ ਖਾਵ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਤੇ ਹੋਰ ਸਾਰਿਆਂ ਦੇ ਤਾਈ ਕਾਲ ਖਾ ਜਾਂਦਾ ਤੇ ਸ਼ਬਦ ਕਰੋ ਅਭਿਆਸਾ ਵਾਹਿਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਇਸ ਕਰਕੇ ਸ਼ਬਦ ਦਾ ਅਭਿਆਸ ਕਰੋ ਸ਼ਬਦ ਤੇ ਸੁਰਤ ਦਾ ਸਗਲੋ ਭੇਦ ਹੋਏ ਪ੍ਰਕਾਸ਼ਾ ਸਾਰਾ ਭੇਦ ਜਿਹੜਾ ਤੁਹਾਡੇ ਤਾਈ ਪ੍ਰਕਾਸ਼ਾ ਪ੍ਰਗਟ ਹੋ ਜਾਵੇਗਾ ਸਿੱਖੋ ਸਭ ਤਜੋ ਬਖਾਦਾ ਕਹਿੰਦੇ ਹੇ ਸਿੱਖੋ ਸੁਣੋ ਤੇ ਸਾਰੇ ਜਿਹੜਾ ਇਹ ਬਖਾਦ ਦੁੱਖ ਹੈ ਤੇ ਇਸ ਨੂੰ ਛੱਡ ਦਿਓ ਝਗੜੇ ਨੂੰ ਮੈਂ ਤਨ ਅਹੰ ਸਮਾਰੋਹ ਅਦਾ ਜਿਹੜੀ ਸਰੀਰ ਦੀ ਹਮ ਹੈ ਛੱਡ ਕੇ ਤੇ ਆਦੀ ਸਰੂਪ ਵਾਹਿਗੁਰੂ ਪਰਮੇਸ਼ਰ ਨੂੰ ਸੰਭਾਲਣਾ ਕਰੋ ਤੇ ਸਾਰ ਜਾਣ ਕਰ ਸਾਰੋ ਇਹ ਜਿਹੜਾ ਸਾਰਾ ਸੰਸਾਰ ਹੈ ਤੇ ਇਸ ਨੂੰ ਅਸਾਰ ਝੂਠਾ ਜਾਣ ਕੇ ਸਾਰ ਵਿਚਾਰ ਭਲੇ ਉਰਤਾਰੋ ਜੋ ਸਾਰ ਅਸਲੀ ਗਿਆਨ ਸਰੂਪ ਹੈ ਤੇ ਸਾਰ ਵਸਤੂ ਹੈ ਤੇ ਉਸ ਨੂੰ ਚੰਗੀ ਤਰ੍ਹਾਂ ਵਿਚਾਰ ਕੇ ਆਪਣੇ ਹਿਰਦੇ ਧਾਰਨ ਕਰੋ ਸਦਨ ਕੀ ਇਹ ਤਨ ਸ਼੍ਰੇਣੀ ਮਹਾਰਾਜ ਕਹਿੰਦੇ ਮੁਕਤੀ ਦੇ ਘਰ ਦੀ ਜਿਹੜਾ ਸਰੀਰ ਹੈ ਤੇ ਇੱਕ ਪੌੜੀ ਹੈ ਸਤਨਾਮ ਦਿਨ ਰਹਿਣੀ ਜੋ ਸਤਨਾਮ ਵਾਹਿਗੁਰੂ ਪਰ
ਪਰਮੇਸ਼ਰ ਦਾ ਦਿਨ ਰਾਤ ਸਿਮਰਨ ਕਰੋ। ਇਸ ਪ੍ਰਕਾਰ ਉਪਦੇਸ਼ ਹਨੇਰਾ ਸਤਸੰਗ ਜੀ ਬਹੁਤਾ ਉਪਦੇਸ਼ ਜਿਹੜਾ ਅਸੀਂ ਦੇ ਕੇ ਜੇਕਰ ਗੁਰ ਅਗਿਆਨ ਕਟੇਰਾ ਆਪਣੇ ਸਿੱਖਾਂ ਨੂੰ ਇਹ ਗਿਆਨ ਦਾ ਉਪਦੇਸ਼ ਦੇ ਕੇ ਅਗਿਆਨ ਦਾ ਅੰਧੇਰਾ ਜਿਹੜਾ ਅਸੀਂ ਕੱਟ ਦਿੱਤਾ। ਉਦ ਪਇਓ ਅਰਨ ਉਦੇ ਕਾਲਾ ਇੰਦਰ ਸਤਸੰਗ ਜੀ ਸੂਰਜ ਚੜ੍ਹਨ ਦਾ ਸਮਾਂ ਜਿਹੜਾ ਅਸੀਂ ਹੋ ਗਿਆ ਕਿਸੇ ਦੇਸ਼ ਨਵੈਰ ਕਿਰਪਾਲਾ ਉਸ ਸਮੇਂ ਕਿਰਪਾਲੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਾਹਰ ਨਿਕਲੇ ਜੈ ਜੈਕਾਰ ਹੋਏ ਚੌਫੇਰੇ ਚਾਰੇ ਪਾਸੇ ਜੈ ਜੈਕਾਰ ਦੀਆਂ ਧੁਨਾਂ ਹੋ ਰਹੀਆਂ ਨੇ ਅਲੇ ਵੇਦ ਧੁਨ ਸ਼ਬਦ ਕੰਧੇਰੇ ਬਹੁਤ ਸਾਰੀ ਵੇਦਾਂ ਦੀ ਧੁਨੀ ਨਾਲ ਤੇ ਉਹਦੀਆਂ ਰਿਚਾਂ ਉਚਾਰਨ ਕਰਦੇ ਵਿਦਵਾਨ ਵੀ ਵੇਦੀ ਲੋਕ ਆਏ ਹੋਏ ਨੇ ਕੁਸ਼ਾ ਮਿਰਦਲ ਜੈ ਰੁਚਰ ਬਿਛਾਉਣਾ ਜਿੱਥੇ ਕੁਸ਼ਾ ਦੱਬ ਦਾ ਮਿਰਦਲ ਕੋਮਲ ਸੁੰਦਰ ਬਿਛਾਉਣਾ ਕੀਤਾ ਹੋਇਆ ਸੀ ਤਾਂ ਜੈ ਪੌਡੇ ਗੁਣ ਪਾਉਣਾ ਉਹਦੇ ਉੱਤੇ ਜਾ ਕੇ ਗੁਣਾਂ ਦੇ ਘਰ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬਰਾਜ ਗਏ ਸੁਲੱਖਣੀ ਔਰ ਇਸ ਭਾਤੀ ਸੁਲੱਖਣੀ ਜੀ ਇਸ ਤਰ੍ਹਾਂ ਆਪਣੇ ਹਿਰਦੇ ਚ ਗੁਣ ਤੋਂ ਵਿਚਾਰਦੇ ਨੇ ਮਮ ਸੁਤ ਝੂ ਰਹੇਗੇ ਪਸਚਾਤੀ ਮੇਰੇ ਪੁੱਤਰ ਜਿਹੜੇ ਪਿੱਛੋਂ ਬਹੁਤ ਹੀ ਪਛਤਾਉਣਗੇ ਤੇ ਝੂਰਨਗੇ ਨਾਨ ਜਨਸੀ ਕੇ ਤਾਈ ਅਸੀਂ ਆਪਣੇ ਪਿਤਾ ਜੀ ਨੂੰ ਆ ਕੇ ਨਹੀਂ ਮਿਲ ਸਕੇ ਤਲਕ ਪ੍ਰਤੀਤ ਨਾ ਚਿਨਕੋ ਆਈ ਥੋੜੇ ਮਾਤਰ ਵੀ ਪੁੱਤਰਾਂ ਨੂੰ ਸਤਿਗੁਰੂ ਮਹਾਰਾਜ ਜੀ ਦੇ ਉੱਤੇ ਭਰੋਸਾ ਨਹੀਂ ਆਇਆ ਖਾਂਦੀ ਹੋਏ ਪ੍ਰਭੂ ਅਗਾਰੀ ਸੁਲੱਖਣੀ ਜੀ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਕੇ ਹੱਥ ਬੰਦ ਅਸ ਗਿਰਾਏ ਉਚਾਰੀ ਹੱਥ ਜੋੜ ਕੇ ਇਸ ਤਰ੍ਹਾਂ ਉਚਾਰਨ ਕੀਤੀ ਬਾਣੀ ਕੇ ਪੁਨ ਨਿਜੀ ਤਾਤਨ ਤਾਈ ਕਹਿਣ ਲੱਗੀ ਐਤਾਂ ਦੀ ਬਾਰੀ ਹੇ ਪਤੀ ਜੀ ਆਪਣੇ ਪੁੱਤਰਾਂ ਦੇ ਤਾਏ ਤੂੰ ਬੁਲਾਏ ਪਾਸ ਗੁਸਾਈ ਦਾਸ ਭੇਜ ਕੇ ਤੇ ਪਾਸ ਬੁਲਾ ਲੋ ਹੇ ਸ੍ਰਿਸ਼ਟੀ ਦੇ ਮਾਲਕ ਆਵੇਂਗੇ ਅਭਮਾਨੇ ਬੈਨਾ ਹੁਣ ਤੁਹਾਡੇ ਵਚਨ ਮੰਨ ਕੇ ਜਰੂਰ ਤੁਹਾਡੇ ਸਪੁੱਤਰ ਆ ਜਾਣਗੇ ਮਾਛੇਤਰ ਤੁਮ ਸ੍ਰੀ ਗੁਰੂ ਐ ਨਾ ਸਿਵਾਂ ਦੇ ਖੇਤਰ ਸਥਾਨ ਘਰ ਹੋ ਤੇ ਹੇ ਸਤਿਗੁਰੂ ਗੁਣਾਂ ਦੇ ਘਰ ਘਰ ਹੋ ਕੀ ਬਾਤ ਮਿਲੇ ਇਸ ਕਾਲਾ ਚੰਗੀ ਗੱਲ ਹੈ ਕਿ ਜੇ ਇਸ ਵੇਲੇ ਆ ਕੇ ਉਹਨਾਂ ਦਾ ਮਿਲਾਪ ਹੋ ਜਾਵੇ ਮਾਨੀਏ ਮੇਰੀ ਦਿਆਲਾ ਦਿਆਲੂ ਸਤਿਗੁਰੂ ਮਹਾਰਾਜ ਜੀ ਮੇਰੀ ਬੇਨਤੀ ਮੰਨਣਾ ਕਰੋ ਇੱਕ ਦਿਨ ਬੇਦੀ ਕੁਲ ਮੌਰੰ ਬੇਦੀ ਕੁਲ ਦੇ ਸ਼੍ਰੋਮਣੀ ਸਤਿਗੁਰੂ ਮਹਾਰਾਜ ਜੀ ਨੇ ਸੁਲੱਖਣੀ ਦੀ ਦੀਨਤਾ ਨੂੰ ਵੇਖ ਕੇ ਆਸ ਦੇ ਸਿੱਖ ਪਠਿਓ ਬਹੋਰੰ ਆਗਿਆ ਦੇ ਕੇ ਫੇਰ ਆਪਣੇ ਸਿੱਖ ਨੂੰ ਭੇਜਣਾ ਕੀਤਾ ਜਾਏ ਕੇ ਤਿੰਨ ਦੋਇਆ ਗੇ ਉਹਨੇ ਜਾ ਕੇ ਦੋਹਾਂ ਪੁੱਤਰਾਂ ਦੇ ਅੱਗੇ ਕਹਿਣਾ ਕੀਤਾ ਜੇ ਗੁਰੂ ਸਮਾਵਨ ਲਾਗੇ ਨਿਸ਼ਚੇ ਕਰਕੇ ਸਾਹਿਬ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਉਣ ਲੱਗੇ ਐਨ ਠੀਕ ਹੈ ਗੱਲ ਮਾਤਾ ਬਿਨਤੀ ਕੀਨ ਕਨਹਿਰੀ ਤੁਹਾਡੇ ਮਾਤਾ ਜੀ ਨੇ ਵੀ ਬਹੁਤ ਭਾਰੀ ਬੇਨਤੀ ਕੀਤੀ ਹੈ ਪਾਸ ਪਠਾਇਓ ਫੇਰੀ ਮੈਨੂੰ ਤੁਹਾਡੇ ਪਾਸ ਫੇਰ ਮੋੜ ਕੇ ਭੇਜਣਾ ਕੀਤਾ ਹੈ ਔਰਬ ਲੰਬ ਨਾ ਕੋਈ ਹੁਣ ਇਸ ਦੇ ਚਰੰਤਕ ਸਰਤੀ ਮਾਤਰ ਵੀ ਥੋੜੇ ਮਾਤਰ ਵੀ ਕੋਈ ਦੇਰ ਨਹੀਂ ਹੈ ਮੇਰੋ ਭਲੇ ਵਿਦ ਹੋਈ ਜੇ ਚਾਹੋ ਤੇ ਤੁਸੀਂ ਮਿਲੋ ਤੇ ਚੰਗੀ ਵਿਧੀ ਹੀ ਢੰਗ ਤਰੀਕਾ ਬਣ ਜਾਵੇਗਾ ਸ੍ਰੀ ਚੰਦ ਪੁਨ ਲਖਮੀ ਦਾਸਾ ਬਾਬਾ ਸ੍ਰੀ ਚੰਦ ਜੀ ਤੇ ਲਖਮੀ ਦਾਸ ਦੋਵੇਂ ਬਾਤ ਸੁਣ ਭਲੇ ਉਦਾਸਾ ਮਾਤਾ ਦੇ ਬਚਨਾਂ ਨੂੰ ਸੁਣ ਕੇ ਤੇ ਬਹੁਤ ਹੀ ਉਪਰਾਮ ਹੋ ਗਏ ਉੱਠੇ ਤਜੇ ਅਨਮਤਾ ਤੇ ਕਹਿੰਦੇ ਛੇਤੀ ਉੱਠ ਖੜੇ ਤੇ ਅਨਮਤਾ ਹੋਰ ਜਿਹੜੀ ਕੋਈ ਸਲਾਹ ਸੀ ਛੱਡ ਦਿੱਤੀ ਉਸ ਮਾਏ ਨਾ ਸਾਚੇ ਪਿਤਾ ਕਹਿਣ ਲੱਗੇ ਸੱਚੇ ਪਿਤਾ ਜੀ ਤੇ ਸੱਚੀ ਹੀ ਇਸ ਵਾਸਤੇ ਜੋਤੀ ਜੋਤ ਨਾ ਕਿਤੇ ਸਮਾ ਜਾਣ ਨਮਨੇ ਮਿਲਣ ਪਈ ਤੇ ਐਸੇ ਕਹਿੰਦੇ ਇਹ ਤਾਂ ਮਿਲਣ ਵਾਸਤੇ ਸਾਹਿਬਜ਼ਾਦੇ ਚੱਲ ਪਏ ਤੇ ਇੱਧਰ ਜਿਸ ਤਰ੍ਹਾਂ ਹੋਇਆ ਹੈ ਤੇ ਉਹ ਸੁਣਨਾ ਕਰੋ ਖੁਦ ਕੀ ਸੁਣੋ ਕੀਨ ਗੁਰ ਜੈਸੇ ਉੱਧਰ ਦੀ ਗੱਲ ਸੁਣੋ ਜਿਸ ਤਰ੍ਹਾਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕੌਤਕ ਕੀਤਾ ਅੰਬਰ ਪਾਏ ਬਦਨ ਭਰ ਤਬਹੀ ਜਦੋਂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਆਪਣੇ ਸਰੀਰ ਦੇ ਉੱਤੇ ਮੁੱਖ ਦੇ ਉੱਤੇ ਚਾਦਰਾ ਪਾ ਲਿਆ ਉੱਡ ਗਏ ਦੇਖੇ ਨਰ ਸਭੀ ਬਰਾਜ ਗਏ ਸਤਿਗੁਰੂ ਆਸਣ ਦੇ ਉੱਤੇ ਸਾਰੇ ਲੋਕੀ ਵੇਖ ਰਹੇ ਨੇ ਗਏ ਸਮਾਏ ਤਨ ਰਹੇ ਨਾ ਪ੍ਰਾਣਾ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਤੇ ਸਰੀਰ ਦੇ ਵਿੱਚ ਪ੍ਰਾਣ ਸਾਹ ਨਹੀਂ ਰਹੇ ਭਾ ਕਹਾ ਇੱਕੋ ਸ਼ਬਦ ਮਹਾਨਾ ਬਸ ਇੱਕੋ ਵਾਰੀ ਸਤਸੰਗ ਜੀ ਕਰ ਲਾਉਣ ਦਾ ਹਾਏ ਕਲਾਪ ਦਾ ਸ਼ਬਦ ਆਵਾਜ਼ ਸ਼ੁਰੂ ਹੋ ਗਈ ਕਰਹੀ ਲੋਕ ਬਲਾਪ ਕਲਾਪਾ ਬਹੁਤ ਹੀ ਤੇ
ਇਲਾਕਾ ਸਮੂਹ ਲੋਕ ਬਿਰਲਾਪ ਕਰਨ ਲੱਗ ਪਏ ਨੇ। ਭਇਓ ਪ੍ਰਭੂ ਕੋ ਬਿਰਹੋ ਪ੍ਰਤਾਪਾ। ਇਸ ਤਰ੍ਹਾਂ ਤੇ ਸਤਿਗੁਰੂ ਮਹਾਰਾਜ ਜੀ ਦੇ ਵਿਛੋੜੇ ਦਾ ਬਹੁਤ ਹੀ ਪਰ ਵਿਸ਼ੇਸ਼ ਕਰਕੇ ਤਪਣਾ ਦੁੱਖ ਹੋਇਆ। ਲਰਨ ਵੇਖੇ ਪਾਰ ਉਦਨ ਕਨੇਰਾ। ਬਹੁਤ ਸਾਰੇ ਲੋਕ ਜਿਹੜੇ ਸੁਨਾ ਦੇ ਚਰੋਣਾ ਸ਼ੁਰੂ ਹੋ ਗਿਆ। ਸੁਨ ਮਝਾਰ ਆਨੰਦ ਬਧੇਰਾ। ਜਿਹੜੇ ਦੇਵਤੇ ਲੋਕ ਆਕਾਸ਼ੀ ਮੰਡਲ ਵਿਚ ਟਿਕੇ ਹੋਏ ਵੇਖ ਰਹੇ ਤੇ ਉਹਨਾਂ ਨੂੰ ਬਹੁਤ ਖੁਸ਼ੀ ਹੈ ਕਿ ਸਤਿਗੁਰੂ ਮਹਾਰਾਜ ਜੀ ਇੱਧਰ ਦੀ ਜਾਣਗੇ, ਅਸੀਂ ਦਰਸ਼ਨ ਕਰਾਂਗੇ। ਅਤ ਉਤਸਵ ਕੇ ਗੀਤਨ ਗਾਵਹਿ। ਬਹੁਤ ਸਾਰੇ ਉਤਸ਼ਾਹ ਦੇ ਗੀਤਾਂ ਦੇ ਥਾਈ ਦੇਵਤੇ ਗਾ ਰਹੇ ਨੇ। ਮਦ ਤਾਲ ਮਲਾਏ ਬਜਾਵਹਿ। ਬਾਜੇ ਜਿਹੜੇ ਇਸ ਤਰ੍ਹਾਂ ਤਾਲ ਕੈਂਸੀਆਂ ਛੈਣਿਆਂ ਨੂੰ ਮਿਲਾ ਕੇ ਵਜਾ ਰਹੇ ਨੇ। ਸੋਈਆ ਨੰਦੀ ਸੋ ਬ੍ਰਿਖ ਚੜੇ ਸ਼ਿਵਜੂ। ਹੁਣ ਸਾਹਿਬ ਸਿੰਘ ਜੀ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਸਮਾਉਣ ਦੇ ਉੱਤੇ ਤੇ ਜੋ ਮਹਾਨ ਉਸ ਵੇਲੇ ਪੂਜਨਿਕ ਵਿਅਕਤੀਆਂ ਸਨ ਤੇ ਉਹਨਾਂ ਨੇ ਵੀ ਆਏ ਨੇ ਤੇ ਉਹਨਾਂ ਦਾ ਵਰਣਨ ਕੁਝ ਇੱਥੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਰ ਰਹੇ ਨੇ ਤੇ ਇਸ ਵਾਸਤੇ ਪਹਿਲਾਂ ਸਾਰਿਆਂ ਤੋਂ ਸ਼ਿਵ ਜੀ ਦਾ ਆਉਣਾ ਹੋਇਆ ਹੈ ਤੇ ਜਿਸ ਤਰ੍ਹਾਂ ਉਹਦਾ ਸਰੂਪ ਹੈ ਜਿਸ ਤਰ੍ਹਾਂ ਦੀ ਉਹਦੀ ਸ਼ਕਲ ਹੈ ਉਸਦਾ ਵਰਣਨ ਕਰਦੇ। ਨੰਦੀ ਸੋ ਬਿਰਖ ਚੜੇ ਸ਼ਿਵ ਜੋ ਨੰਦੀ ਨਾਵੇਂ ਬੈਲ ਦੇ ਉੱਤੇ ਚੜੇ ਹੋਏ ਸ਼ਿਵ ਜੀ। ਉੱਜਲ ਇੰਦਰ ਸਸਾਂ ਸੁਹਾਏ। ਇਹਨਾਂ ਦਾ ਸਰੀਰ ਬਹੁਤ ਹੀ ਚਿੱਟਾ ਕੀਤਾ ਹੋਇਆ ਸਵਾਹ ਮਲ ਕੇ ਤੇ ਇੰਦਰ ਸਸਾਂ ਸੁਹਾਏ। ਇਸੇ ਤਰ੍ਹਾਂ ਤੇ ਸਸਾਂ ਕੋਨਿਆਂ ਵਾਲਾ ਜੋ ਇੰਦਰ ਚੰਦਰਮਾ ਹੈ ਤੇ ਦੂਜ ਦਾ ਤੇ ਉਹ ਸੋਭਾ ਪਾ ਰਿਹਾ ਮੱਥੇ ਵਿੱਚ। ਬਿਆਲ ਕਰਾਲ ਅਲੰਕ੍ਰਿਤ ਹੈ। ਹਾਂਜੀ ਬਿਆਲ ਸੱਪਾਂ ਜੋ ਭਿਆਨਕ ਸੱਪ ਨੇ ਤੇ ਉਹਨਾਂ ਕਰਕੇ ਅਲੰਕ੍ਰਿਤ ਕੀ ਤੇ ਇਸ ਤਰ੍ਹਾਂ ਭੂਖਸ਼ਿਤ ਹੋ ਰਿਹਾ ਸ਼ਿਵ ਜੀ। ਹਰ ਖਾਲ ਬਸਾਲ ਸਕੰਦਨ ਪਾਏ। ਹਰੀ ਸ਼ੇਰ ਦੀ ਖਲ ਜਿਹੜੀ ਸ਼ਿਵ ਜੀ ਨੇ ਆਪਣੇ ਮੋਢਿਆਂ ਦੇ ਉੱਤੇ ਪਾਈ ਹੋਈ ਹੈ। ਗੰਗ ਤਰੰਗ ਅਮੰਕਨ ਭੰਗ। ਹਾਂਜੀ ਗੰਗ ਤਰੰਗ ਤੇ ਜੇ ਸ਼ਿਵ ਜੀ ਦੀਆਂ ਜਟਾਂ ਵਿੱਚ ਗੰਗਾ ਦੀ ਲਹਿਰ ਹੈ ਤੇ ਇਸ ਤਰ੍ਹਾਂ ਤੇ ਚੱਲ ਰਹੀ ਤੇ ਔਰ ਪਾਪਾਂ ਦੇ ਤਾਈਂ ਭੰਗ ਨਾਸ ਕਰਨ ਵਾਲੇ ਤੇ ਇਸ ਤਰ੍ਹਾਂ ਜਟਾਂ ਦੇ ਅੰਦਰ ਗੰਗਾ ਦੀ ਲਹਿਰ ਚੱਲ ਰਹੀ। ਜਟਾ ਮੈਂ ਪਾਰਵਤੀ ਅੰਗ ਲਾਏ। ਪਾਰਵਤੀ ਨੂੰ ਖੱਬੇ ਪਾਸੇ ਨਾਲ ਲਾਇਆ ਹੋਇਆ ਤੇ ਪਾਰਵਤੀ ਵੀ ਜਿਨ੍ਹਾਂ ਦੇ ਨਾਲ ਹੈ। ਸੂਲ ਧਰੇ ਕਾਰੀ ਮੁੰਡ ਪਰੇ ਗਰ। ਹਾਂਜੀ ਤਸੂਲ ਹੱਥ ਵਿੱਚ ਧਾਰਨ ਕੀਤੀ ਹੋਈ ਹੈ ਤੇ ਮੁੰਡ ਸਿਰਾਂ ਦੀ ਕਪਾਲੀਆਂ ਦੀ ਮਾਲਾ ਗਲ ਵਿੱਚ ਪਾਈ ਹੋਈ ਹੈ। ਪ੍ਰੇਮ ਕਰੇ ਕੁਰਸੋਂ ਚੱਲਿਆ ਏ। ਦਿਲੋਂ ਪ੍ਰੇਮ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਦੇ ਦਰਸ਼ਨ ਕਰਨ ਵਾਸਤੇ ਸ਼ਿਵ ਜੀ ਵੀ ਆਏ। ਪਛਾਨਣ ਤਾਤ ਖੜਾਨਣ ਹੈ। ਕਹਿੰਦੇ ਹੋਰ ਕੀ ਕੋ ਕੌਣ ਨੇ ਨਾਲ ਸੰਗ ਪਛਾਨਣ। ਪੰਜ ਮੁੱਖਾਂ ਵਾਲਾ ਸ਼ਿਵ ਜੀ ਹੈ ਤੇ ਤਾਤ ਖੜਾਨਣ ਜਿਹਦੇ ਨਾਲ ਉਸਦਾ ਤਾਤ ਪੁੱਤਰ ਹੈ ਖੜਾਨਣ। ਛੇ ਮੂੰਹਾਂ ਵਾਲਾ ਸ਼ਾਮ ਕਾਰਤਕ। ਦੁਰਦਾਨਨ ਸੁਭ ਬੜਾਏ। ਤੇ ਔਰ ਦੂਜਾ ਪੁੱਤਰ ਦੁਰਦਾਨਨ ਜਿਹਦਾ ਹਾਥੀ ਦਾ ਹੀ ਸਿਰ ਲਾਇਆ ਸੀ ਸ਼ਿਵ ਜੀ ਨੇ ਗਣੇਸ਼ ਜਿਹੜਾ ਉਹ ਵੀ ਨਾਲ ਬੜੀ ਸੋਭਾ ਪਾ ਰਿਹਾ। ਬਿੰਦ ਬੜੇ ਗਣ ਸਾਥ ਬਰਾਜਤ। ਕਹਿੰਦੇ ਬਹੁਤ ਸਾਰਾ ਗਣਾਂ ਦਾ ਜਥਾ ਜਿਹੜਾ ਹੈ ਤੇ ਉਹ ਸ਼ਿਵ ਜੀ ਦੇ ਨਾਲ ਤੇ ਜਸ ਦੇ ਪੁੱਤਰ ਗਣੇਸ਼ ਦੇ ਨਾਲ ਬਰਾਜ ਰਿਹਾ। ਏਕ ਸਰੂਪ ਸਭੇ ਹਰ ਖਾਏ। ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਰੂਪ ਦੇ ਦਰਸ਼ਨ ਕਰਕੇ ਸਾਰੇ ਬਹੁਤ ਪ੍ਰਸੰਨ ਹੋਏ। ਜੈ ਸੁਖਦਾਇਕ ਜੈ ਸੁਰ ਨਾਇਕ। ਜੈ ਜੈਕਾਰ ਹੋਵੇ ਇਹ ਸੁਖਾਂ ਨੂੰ ਦੇਣ ਵਾਲੇ ਤੇ ਜੈ ਜੈਕਾਰ ਹੋਵੇ ਇਹ ਦੇਵਤਿਆਂ ਦੇ ਮਾਲਕ ਸ਼੍ਰੋਮਣੀ। ਪਾਇਕ ਵਾਕਿਆ ਲਾਏ। ਇੱਠ ਪਾਇਕ ਦਾਸਾਂ ਦੇ ਇੱਠ ਪਿਆਰੇ। ਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਆਪ ਜੀ ਦੀ ਜੈ ਜੈਕਾਰ ਹੋਵੇ। ਇਸ ਤਰ੍ਹਾਂ ਬਚਨ ਉਚਾਰਨ ਕੀਤੇ। ਬੰਦ ਉਬੇ ਕਰ ਬੰਦਤ ਹੈ। ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਨੂੰ ਮੱਥਾ ਟੇਕ ਰਹੇ ਨੇ। ਫੁੱਲਣ ਕੀ ਬਰਖਾ ਬਰਖਾਏ। ਬਹੁਤ ਸਾਰੇ ਫੁੱਲਾਂ ਦੀ ਬਰਖਾ ਸਾਹਿਬ ਸੰਗ ਜੀ ਕਰ ਰਹੇ ਸਤਿਗੁਰੂ ਮਹਾਰਾਜ ਜੀ ਦੇ ਸਰੀਰ ਦੇ ਉੱਤੇ। ਹੰਸ ਚੜੇ ਚਤਰਾਨਨ ਨਾਰਦ। ਆਜੀ ਹੰਸ ਦੀ ਸਵਾਰੀ ਚਤਰ ਚਾਰ ਮੂੰਹਾਂ ਵਾਲਾ ਬ੍ਰਹਮਾ ਹੈ। ਹੰਸ ਦੀ ਸਵਾਰੀ ਕਰਦਾ ਆਪਣੀ ਸਵਾਰੀ ਦੇ ਸਮੇਤ ਤੇ ਉਸਦਾ ਨਾਰਦ ਪੁੱਤਰ ਤੇ ਸਾਰਦ ਸ੍ਰਸ਼ਟੀ। ਬੁੱਧ ਬਸਾਰਦ ਆਏ। ਬਸਾਰਦ ਬਹੁਤ ਹੀ ਚਤਰ ਹੈ ਨਾਰਦ ਸਾਰੇ ਆ ਗਏ ਤੇ ਜਾ ਬੁੱਧ ਬਸਾਰਦ ਜਾ ਬੁੱਧ ਦਾ ਅਵਤਾਰ ਜਿਹੜਾ ਸੀ ਬਸਾਰਦ ਚਤਰ ਇਹ ਵੀ ਆ ਗਿਆ। ਭਰੇ ਔਰ ਬੇਨ ਬਜਾਵਤ। ਪ੍ਰੇਮ ਨੂੰ ਹਿਰਦੇ ਚ ਭਰ ਕੇ ਨਾਰਦ ਬੀਨ ਵਜਾ ਰਿਹਾ ਹੈ। ਸਨਕ ਸਨਾਦਰ ਦੇ ਹਰ ਖਾਏ। ਸਨਕ ਸਨੰਦਨ ਸੰਤ ਸਨਾਤਨ ਕੁਮਾਰ ਇਹ ਵੀ ਬ੍ਰਹਮਾ ਦੇ ਚਾਰ ਪੁੱਤਰ ਨੇ ਵੀ ਨਾਲ ਨੇ ਬਹੁਤ ਹੀ ਪ੍ਰਸੰਨ ਹੋ ਰਹੇ ਨੇ। ਕੌਸਕ ਪ੍ਰਿੰਗ ਵਸਿਸ਼ਠ ਮੁਨੀ। ਆਜੀ ਕਹਿੰਦੇ ਕੌਸਕ ਤੇ ਇਸ ਤਰ੍ਹਾਂ ਗਾਂਧ ਰਾਜਾ ਦਾ ਪੁੱਤਰ ਜਿਹੜਾ ਹੈ ਵਿਸ਼ਵਾਮਿੱਤਰ
ਤੇ ਭ੍ਰਿੰਗ ਤੇ ਭਿਰਗੂ ਜਿਹੜਾ ਹੈ ਸਾਧ ਸੰਗ ਜੀ ਰਿਸ਼ੀ ਤੇ ਵਿਸ਼ਿਸ਼ਟ ਮੁਨੀ ਅੰਗਰਾ ਸੋ ਪਲਸਤ ਮਹਾਂਸੁਖ ਪਾਏ ਤੇ ਅੰਗਰਾ ਵੀ ਸਾਧ ਸੰਗ ਜੀ ਰਿਸ਼ੀ ਦਾ ਨਾਮ ਹੈ ਤੇ ਪਲਸਤ ਵੀ ਇੱਕ ਰਿਸ਼ੀ ਦਾ ਨਾਮ ਬੜਾ ਭਾਰੀ ਇਹਨਾਂ ਨੇ ਸੁਖ ਪਾਇਆ ਅਤਰ ਅਗਸਤੀ ਪਰਾਸੁਰ ਵਿਆਸੀ ਹਾਂਜੀ ਅਤਰ ਮੁਨੀ ਅਤਰੇ ਮੁਨੀ ਅਗਸਤ ਮੁਨੀ ਤੇ ਪਰਾਸੁਰ ਤੇ ਵਿਆਸ ਤੋਂ ਆਦਿ ਲੈ ਕੇ ਸਭੇ ਦਰਸਨ ਗੁਰੂ ਸੁਖ ਪਾਏ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਦਰਸ਼ਨ ਕਰਕੇ ਬਹੁਤ ਹੀ ਸੁਖ ਪਾਉਣਾ ਕੀਤੇ ਪੂਰਾ ਵਾਲਮੀਕ ਹੈ ਰੋਮ ਰਿਖ ਹਾਂਜੀ ਵਾਲਮੀਕ ਰਿਸ਼ੀ ਤੇ ਰੋਮ ਰਿਖੀ ਰਿਸ਼ੀ ਕਾਕ ਪਸੁੰਡ ਸੁਜਾਨਾ ਕਾਕ ਪਸੁੰਡ ਰਿਸ਼ੀ ਤੇ ਬਹੁਤ ਹੀ ਸਿਆਣਾ ਮਹਾਂਪੁਰਸ਼ ਬਗਦਾਲਵ ਤੇ ਆਦਿ ਸਾਵੀ ਹਾਂਜੀ ਬਗਦਾਲਵ ਰਿਸ਼ੀ ਤੋਂ ਆਦਿ ਲੈ ਕੇ ਸਾਰੇ ਹੀ ਆਏ ਰਿਖੀ ਮਹਾਨ ਵੱਡੇ ਵੱਡੇ ਰਿਸ਼ੀ ਵੀ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਏ ਨੇ ਨਾਮ ਦੇਵ ਜੈ ਦੇਵ ਜਨ ਹਾਂਜੀ ਨਾਮ ਦੇਵ ਜੀ ਜੈ ਦੇਵ ਭਗਤ ਧੰਨਾ ਸੈਨ ਕਬੀਰ ਧੰਨਾ ਭਗਤ ਸੈਨ ਭਗਤ ਤੇ ਕਬੀਰ ਭਗਤ ਜਿਹੜੀ ਸੀ ਕਬੀਰਾਂ ਤੇ ਭਗਤਾਂ ਦੀ ਮੰਡਲੀ ਵੀ ਆਈ ਇਹ ਦਰਸ਼ਨ ਕੇ ਭਗਤ ਸਾਹਿਬ ਸਾਰੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਭਗਤ ਸਾਰੇ ਆਏ ਗੁਰ ਕੇ ਤੀਰ ਕੋਈ ਸੂਖਮ ਸਰੀਰ ਦੇ ਅੰਦਰ ਨਹੀਂ ਕੋਈ ਸਥੂਲ ਸਰੀਰ ਦੇ ਸਾਰੇ ਤੇ ਸਤਿਗੁਰਾਂ ਦੇ ਪਾਸ ਆਏ ਨੇ ਸੁਰੇਸ਼ ਦਿਨੇਸ਼ ਹਾਂਜੀ ਸ਼ੇਸ਼ ਨਾਗ ਤੇ ਸੱਪਾਂ ਦਾ ਰਾਜਾ ਸੁਰੇਸ਼ ਇੰਦਰ ਰਾਜਾ ਸੁਰ ਦੇਵਤਿਆਂ ਦਾ ਰਾਜਾ ਜਲੇਸ਼ ਜਲ ਦਾ ਈਸ਼ਰ ਵਰਨ ਦਿਨ ਦਾ ਈਸ਼ਰ ਸੂਰਜ ਜਿਹੜਾ ਸੀ ਪਿਖੇ ਸੁਖ ਪਾਵੈ ਹਾਂਜੀ ਨਿਸ ਰਾਤਰੀ ਦਾ ਈਸ਼ਰ ਚੰਦਰਮਾ ਧੰਨ ਦਾ ਈਸ਼ਰ ਕਬੇਰ ਇਹ ਵੀ ਪੇਖ ਕੇ ਸੁਖ ਪਾ ਰਹੇ ਨੇ ਕਿੰਨਰ ਗੰਧਰਵ ਪਾਵਕ ਪਾਉਣਾ ਗੰਧਰਵ ਦੇਵਤਿਆਂ ਦੇ ਹਾਹਾ ਹੂਹੂ ਰਾਗੀ ਤੇ ਕਿੰਨਰ ਸਾਜ ਵਜਾਉਣ ਵਾਲੇ ਬਜੰਤਰੀ ਤੇ ਪਾਵਕ ਅਗਨੀ ਤੇ ਪਾਉਣ ਨੰਦ ਭਰੇ ਔਰ ਮੰਗਲ ਗਾਵੈ ਆਪਣੇ ਹਿਰਦੇ ਚ ਖੁਸ਼ੀ ਨੂੰ ਭਰ ਕੇ ਬਹੁਤ ਹੀ ਸਤਿਗੁਰਾਂ ਦੇ ਜਸ ਦੇ ਮੰਗਲ ਗੀਤ ਗਾ ਰਹੇ ਨੇ ਸਰੋਵਰ ਕੀ ਪੁਸ਼ਮਾਂਜਲ ਦੇਵਤਿਆਂ ਦਾ ਬਿਰਧ ਜੋ ਕਲ ਬਿਰਸ਼ ਹੈ ਤੇ ਉਸਦੇ ਫੁੱਲਾਂ ਦੇ ਬੁੱਕ ਭਰ ਕੇ ਜੈ ਮੁਖ ਤੇ ਕਹਿ ਕਹਿ ਬਰਖਾਵੈ ਜੈ ਜੈਕਾਰ ਹੋਵੇ ਗੁਰੂ ਨਾਨਕ ਸਾਹਿਬ ਦੀਓ ਕਹਿ ਕੇ ਤੇ ਮੁੱਖੋਂ ਤੇ ਔਰ ਹੱਥਾਂ ਤੋਂ ਫੁੱਲਾਂ ਦੀ ਆਪਣੇ ਕਲਪਤਰ ਬਿਰਸ਼ ਦੇ ਫੁੱਲਾਂ ਦੀ ਵਰਖਾ ਕਰ ਰਹੇ ਨੇ ਸ੍ਰੀ ਸੁਖਕੰਦ ਗੋਬਿੰਦ ਮਕਾਂਦੀ ਸ੍ਰੀ ਸੁਖਾਂ ਦੇ ਬੱਦਲ ਗੋਬਿੰਦ ਇੰਦਰੀਆਂ ਦੇ ਪ੍ਰਕਾਸ਼ਕ ਮੁਕਤੀ ਦਾਤਾ ਸ਼੍ਰੋਮਣੀ ਪਦਮ ਅਰਬਿੰਦ ਪੁਜੇ ਮਨ ਭਾਵੈ ਚਰਨ ਕਵਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੂਜਦੇ ਨੇ ਤੇ ਮਨ ਭਾਵੈ ਤੇ ਇਸ ਤਰ੍ਹਾਂ ਮਨ ਭਾਉਂਦੇ ਗੁਰੂ ਜੀ ਦੇ ਚਰਨਾਂ ਕਵਨਾਂ ਨੂੰ ਪੂਜਦੇ ਨੇ ਮਨ ਦੇ ਭਾਵੈ ਪ੍ਰੇਮ ਦੇ ਨਾਲ ਇੱਕ ਭਵਾਨ ਮਨੋਹਰ ਮਹਾ ਕਹਿੰਦੇ ਇੱਕ ਭਵਾਨ ਜਿਹੜਾ ਸੀ ਆਕਾਸ਼ ਵਿੱਚੋਂ ਬਹੁਤ ਹੀ ਸੁੰਦਰ ਮਣੀ ਜਸਮਾ ਹੈ ਬਹੁਤ ਸਾਰੀਆਂ ਮਣੀਆਂ ਹੀਰੇ ਮੋਤੀ ਜਿਹੜੇ ਜੜੇ ਹੋਏ ਨੇ ਪ੍ਰਕਾਸ਼ੀ ਸੰਜੁਤ ਸੋ ਬਹੁਤ ਹੀ ਪ੍ਰਕਾਸ਼ ਦੇ ਸਮੇਤ ਉਹ ਭਵਾਨ ਕਹੇ ਸ਼ਬਦਾ ਹੈ ਤੇ ਕਿਹੜਾ ਉਸਦੀ ਸ਼ਬਦ ਮਹਿਮਾ ਸੋਭਾ ਨੂੰ ਕਹਿ ਸਕਦਾ ਉਹ ਵੀ ਆ ਗਿਆ ਚੌਪੀ ਪਾਰਖ ਦੀ ਜਿਸ ਆਏ ਅਗਾਰੀ ਪਾਰਖ ਕਹਿੰਦੇ ਜਿਹੜੇ ਭਗਵਾਨ ਨੂੰ ਚੱਕਣ ਵਾਲੇ ਲਿਜਾਣ ਵਾਲੇ ਜਿਹੜੇ ਸੀ ਭਗਤ ਉਹ ਵੀ ਆ ਗਏ ਅੱਗੇ ਟੁਰਤ ਹੈ ਵਾਰੰਵਾਰੀ ਉਹਦੇ ਉੱਤੇ ਚੌਲ ਢੁਰ ਰਿਹਾ ਹੈ ਵਾਰ ਵਾਰ ਜਾਣ ਉੱਤੇ ਬੇਦੀ ਕੁਲ ਦੀ ਪਾਤੇ ਬੇਦੀਆਂ ਦੇ ਕੁਲ ਦੇ ਦੀਵਾ ਸਰੋਤ ਸਤਿਗੁਰੂ ਮਹਾਰਾਜ ਜੀ ਸਨ ਜਿਸ ਤਰ ਭਏ ਸੋ ਤਾਏ ਸਮੀਪਾ ਉੱਥੇ ਆ ਕੇ ਸਾਧ ਸੰਗ ਜੀ ਭਗਵਾਨ ਟਿਕ ਗਿਆ ਜਿਸ ਰੂਪ ਤਬ ਸ੍ਰੀ ਪ੍ਰਭ ਧਾਰਾ ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਐਸਾ ਸਰੂਪ ਧਾਰ ਲਿਆ ਜੈਸਾ ਕਿ ਥੱਲੇ ਵਰਣਨ ਕੀਤਾ ਹੈ ਚਰਨ ਕੋਕਨਾਦ ਸੁਭਤਿਆ ਪਾਰਾ ਸਤਿਗੁਰੂ ਮਹਾਰਾਜ ਜੀ ਦੇ ਚਰਨ ਕੋਕਨਾਦ ਕਵਲਵਾਨ ਸੋਭਾ ਪਾ ਰਹੇ ਨੇ ਉਪਰ ਮਣ ਮੈਂ ਰੁਚਰ ਸਹਾਏ ਉਪਰ ਮਣੀਆਂ ਦੇ ਸਹਿਤ ਝਾਂਜਰ ਤੇ ਬਹੁਤ ਹੀ ਸੋਭਨੀਕ ਹੋ ਰਹੇ ਮੈਂ ਜੰਗਾ ਕਦਲੀ ਸ਼ਬਦ ਪਾਏ ਦੋ ਸਤਿਗੁਰਾਂ ਦੀਆਂ ਪਿੰਜਣੀਆਂ ਤੇ ਕਦਲੀ ਕੇਲੇ ਵਾਂਗ ਸੋਭਾ ਪਾ ਰਹੀਆਂ ਉਧਰ ਘੰਟਕਾ ਬਦੀ ਸੁਹਾਵਤੀ ਰਾਗੀ ਜਿਹੜੀ ਲੱਕ ਨਾਲ ਬੰਨੀ ਹੋਈ ਸੋਭਾ ਪਾ ਰਹੀ ਹੈ ਸੈਤਰਵਲੀ ਸੋਭ ਵਢਾਵਤ ਤੇ ਪੇੜ ਦੇ ਉੱਤੇ ਤਿੰਨ ਵਾਲ ਨੇ ਤੇ ਬਹੁਤ ਹੀ ਸੋਭਾ ਵਧਾ ਰਿਹਾ ਆਨੰਦਰੀ ਆਵਰਤੀ ਸੋਨਾਬਾ ਜਿਵੇਂ ਜਮਨਾ ਦੀ ਭੌਰੀ ਹੁੰਦੀ ਘੁੰਮਣ ਗਹਿਰੀ ਇਸ ਤਰ੍ਹਾਂ ਨਾਭੀ ਦਾ ਸਥਾਨ ਡੂੰਘਾ ਹੈ ਚਾਰ ਜੋਤੀ ਭੁੱਖ ਨੇ ਆਬਾ ਤੇ ਚਾਰ ਭੁਜਾਂ ਦੇ ਸਮੇਤ ਤੇ ਭੁੱਖਣ ਗਹਿਣਿਆਂ ਦੀ ਆਬਾ ਸੋਭਾ ਹੋ ਰਹੀ ਹੈ ਸੰਗ ਚੱਕਰ ਕਰੇ ਕਲਮਨ ਕਮਲਨ ਮਾਹੀ ਕਹਿੰਦੇ ਹੱਥਾਂ ਵਿੱਚ ਸੰਖ ਹੈ ਚੱਕਰ ਹੈ
ਤੇ ਇਸ ਤਰ੍ਹਾਂ ਤੇ ਹੱਥ ਕਮਲਾਂ ਦੇ ਵਿੱਚ ਗਦਾ ਪਦਮ ਅਤਿ ਸੁੰਦਰ ਆਹੀ ਗਦਾ ਤੇ ਪਦਮ ਕੌਲ ਤੇ ਇਸ ਤਰ੍ਹਾਂ ਬਹੁਤ ਹੀ ਸੋਭਾ ਪਾ ਰਹੇ ਕੰਕਨ ਅੰਗਦ ਮਨ ਗਤਕਾਰੀ ਕੰਕਨ ਕੜੇ ਹੱਥਾਂ ਵਿੱਚ ਅੰਗਦ ਬੋਟੇ ਨੇ ਆਪਣੇ ਡੋਲਿਆਂ ਤੇ ਪਾਉਣ ਵਾਲੇ ਤੇ ਮਨਾਂ ਦੀ ਮਣੀਆਂ ਦੀ ਜੜਤੀ ਕੀਤੀ ਹੋਈ ਬਸਮਾਨ ਕੰਧ ਦੁਆ ਭਾਰੀ ਤੇ ਬਿਰਖ ਜਿਵੇਂ ਆਸਾਮ ਦੀ ਢੁੱਟ ਹੁੰਦੀ ਉੱਚੇ ਦੋ ਮੁੰਡੇ ਹਨ ਬੜੇ ਭਾਰੀ ਆਜਦ ਬਨ ਬਾਮਾਲ ਸੁਹਾਵਾ ਤੇ ਚੌੜੀ ਛਾਤੀ ਹੈ ਤੇ ਉੱਤੇ ਇਸ ਤਰ੍ਹਾਂ ਕਲਪਤਰ ਦੇ ਫੁੱਲਾਂ ਦੀ ਜਾਂ ਬਨਮਾਲਾ ਜਿਹੜੀ ਹੈ ਤੇ ਉਹ ਬਹੁਤ ਹੀ ਇਸ ਤਰ੍ਹਾਂ ਸੋਭਾ ਪਾ ਰਹੀ ਹੈ ਅਦਕੀ ਕੌਸਬ ਮਨ ਸ਼ਬ ਪਾਵਾ ਤੇ ਜਾ ਇਸ ਤਰ੍ਹਾਂ ਬਨਮਾਲਾ ਬਜੰਤੀ ਮਾਲਾ ਨੂੰ ਕਹਿੰਦੇ ਨੇ ਤੇ ਇੱਕ ਕੌਸਤਕ ਮਣੀ ਹੈ ਜੋ 14 ਰਤਨਾਂ ਵਿੱਚੋਂ ਨਿਕਲੀ ਹੈ ਉਹ ਵੀ ਛਾਤੀ ਦੇ ਉੱਤੇ ਸੋਭਾ ਪਾ ਰਹੀ ਹੈ ਕੰਮ ਗਰੀਬ ਤ੍ਰੈ ਰੇਖ ਬਰਾਜਤ ਜਿਵੇਂ ਕੰਬੂ ਸੰਖ ਦੇ ਉੱਤੇ ਰੇਖਾ ਆਉਂਦੀ ਹੈ ਇਸ ਤਰ੍ਹਾਂ ਤਿੰਨ ਰੇਖਾਂ ਧੌਣ ਦੇ ਉੱਤੇ ਬਰਾਜ ਰਹੀਆਂ ਨੇ ਗਰਦਨ ਤੇ ਮਦਨ ਬਲੋਕ ਚੰਦਰਮਾ ਲਾਜਤੀ ਐਸੇ ਚਿਹਰੇ ਨੂੰ ਵੇਖ ਕੇ ਚੰਦਰਮਾ ਵੀ ਲਾਜਤ ਸ਼ਰਮਿੰਦਾ ਹੋ ਰਿਹਾ ਮੁਸਕਾਇਨ ਕਪੂਲਾ ਚਿਲਕ ਖੋਡੀ ਬਹੁਤ ਚਾਰੂ ਸੁੰਦਰ ਹੈ ਤੇ ਮੁਸਕਰਾਹਟ ਜਿਹੜੀ ਹੈ ਤੇ ਕਪੂਲਾ ਗੰਡਸ ਤਰ੍ਹਾਂ ਗੱਲਾਂ ਤੋਂ ਬਹੁਤ ਹੋ ਰਹੀ ਹੈ ਹਾਸੇ ਮਿਰਦਲ ਸ਼ਬ ਹੋਤ ਅਮੁਲਾ ਹੱਸਦੇ ਨੇ ਕੋਮਲ ਕੋਮਲ ਤੇ ਸ਼ਬ ਸੁਭਾ ਅਮੋਲਕ ਹੋ ਰਹੀ ਹੈ ਚਮਕ ਦਸਨ ਕੀ ਰੁਚਰ ਬਰਾਜੀ ਜਿਹੜੀ ਦੰਦਾਂ ਦੀ ਚਿੱਟਿਆਂ ਦੀ ਚਮਕ ਹੈ ਉਹ ਵੀ ਸੁੰਦਰ ਬਰਾਜ ਟਿਕ ਰਹੀ ਹੈ ਸੰਪਟ ਬ੍ਰਿੰਦਮਾ ਹਿਰਨ ਸਰਾਜੀ ਆਦਿ ਸੰਪਟ ਕਹਿੰਦੇ ਨੇ ਤੇ ਮੂੰਗਿਆਂ ਦੇ ਡੱਬੇ ਦੇ ਤਾਈ ਤੇ ਇਸੇ ਤਰ੍ਹਾਂ ਦੰਦ ਮਾਨੋ ਮੂੰਗਿਆਂ ਦੇ ਡੱਬੇ ਵਿੱਚ ਹੀਰੇ ਚਮਕ ਰਹੇ ਹਨ ਚਿੱਟੇ ਨਾਸਕਾ ਕਾਨਣ ਕੁੰਡਲ ਨਾਸਾਂ ਉੱਚੀਆਂ ਨੇ ਤੇ ਕੰਨਾਂ ਵਿੱਚ ਤੁੰਗਲ ਹਨ ਸੁਖਦਾ ਅਤਿ ਸੁਖ ਮੰਡਲ ਐਸੀ ਸੁਖ ਦੇਣ ਵਾਲੀ ਸੋਭਾ ਤੇ ਅਤਸਾ ਕਰਕੇ ਬਹੁਤ ਹੀ ਸੁਖ ਦੇ ਮੰਡਲ ਵਿੱਚ ਟਿਕਾਉਣ ਵਾਲੀ ਹੋ ਰਹੀ ਹੈ ਮਨੋ ਕਮਲ ਦਲ ਸੁੰਦਰ ਲੋਚਨ ਮਨ ਨੂੰ ਕਮਲ ਦੇ ਚੌੜਿਆਂ ਪੱਤਰਿਆਂ ਵਰਗੇ ਤੇ ਸੁੰਦਰ ਨੇਤਰ ਹਨ ਕਿਰਪਾ ਭਰੀ ਚਿਤਵਨ ਦੁੱਖ ਮੋਚਨ ਕਿਰਪਾ ਦੇ ਨਾਲ ਭਰੀ ਹੋਈ ਚਿਤ ਵੀ ਤੱਕਣੀ ਹੈ ਦੁੱਖਾਂ ਨੂੰ ਕੱਟ ਰਹੇ ਨੇ ਤ੍ਰਿਪੁਟੀ ਤ੍ਰਿਪੁਟੀ ਮਸਤਕ ਚਾਰੂ ਤੇ ਧਾਨਕ ਜਿਵੇਂ ਹੁੰਦਾ ਸਾਧ ਸੰਗ ਜੀ ਇਸ ਤਰ੍ਹਾਂ ਭਰਵੱਟੇ ਨੇ ਢੇਡੇ ਤੇ ਮੱਥਾ ਚਾਰੂ ਸੁੰਦਰ ਹੈ ਕਰੀਟ ਜੇ ਪ੍ਰਭਾ ਅਪਾਰੂ ਤੇ ਸਿਰ ਦੇ ਉੱਤੇ ਕਰੀਟ ਮੁਕਤ ਹੈ ਜਿਸ ਦੀ ਬਹੁਤ ਹੀ ਸੋਭਾ ਹੋ ਰਹੀ ਹੈ ਸ਼ਾਮ ਵਰਨ ਜਲਤਰ ਕੀ ਨਿਆਈ ਸ਼ਾਮ ਰੰਗ ਹੈ ਤੇ ਜਲਤਰ ਬੱਦਲ ਦੀ ਘਟਾ ਦੀ ਨਿਆਈ ਪੀਤ ਜਨ ਛਟਾ ਸੁਹਾਈ ਪੀਲੇ ਵਸਤਰ ਹਨ ਤੇ ਮਨ ਨੂੰ ਬਿਜਲੀ ਹੀ ਚਮਕ ਰਹੀ ਸੋਭਾ ਪਾ ਰਹੀ ਹੈ ਆਪਣੋ ਪਲਟ ਸਰੂਪ ਕਿਰਪਾਲਾ ਆਪਣਾ ਇਹੋ ਜਿਹਾ ਸਰੂਪ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਨੇ ਬਦਲ ਕੇ ਚੜੇ ਭਗਵਾਨ ਉੱਪਰ ਤਤਕਾਲਾ ਭਗਵਾਨ ਦੇ ਉੱਤੇ ਛੇਤੀ ਗੁਰੂ ਨਾਨਕ ਦੇਵ ਮਹਾਰਾਜ ਜੀ ਚੜ ਪਏ ਇਸ ਨੂੰ ਦੋਨੋਂ ਸੁਧ ਚੱਲ ਆਏ ਇੱਧਰ ਤਾਂ ਸਤਿਗੁਰੂ ਸਤਖੰਡ ਨੂੰ ਪਿਆਰੀ ਚੱਲਣ ਦੀ ਕਰ ਲਈ ਤੇ ਉੱਧਰ ਦੋਵੇਂ ਪੁੱਤਰ ਸਤਿਗੁਰਾਂ ਦੇ ਆ ਗਏ ਸੁੰਤਰ ਔਰ ਹਿਰਦੇ ਬਿਸਮਾਏ ਰੌਲਾ ਪਿਆ ਹੋਇਆ ਸੁਣ ਕੇ ਆਪਣੇ ਹਿਰਦੇ ਚ ਬਹੁਤ ਹੀ ਹੈਰਾਨ ਹੋ ਗਏ ਅਦਕ ਜਾਵਨ ਮਗ ਨਾਹੀ ਬਹੁਤ ਹੀ ਭੀੜਾ ਹੈ ਭੀੜਾ ਇਕੱਠ ਹੈ ਤੇ ਇਸ ਵਾਸਤੇ ਜਾਣ ਦਾ ਰਸਤਾ ਨੀ ਮਿਲ ਰਿਹਾ ਦੁਸਤਰ ਹੋਏ ਪਹੁੰਚੇ ਪ੍ਰਭ ਪਾਹੀ ਬੜਾ ਭਾਰੀ ਕਠਿਨ ਔਖਿਆਈ ਹੈ ਸਤਿਗੁਰਾਂ ਦੇ ਪਾਸ ਪਹੁੰਚਣ ਦੀ ਸੁਲੱਖਣੀ ਸੁਤ ਸੋ ਭਾਖੀ ਸਤਿਗੁਰਾਂ ਦੇ ਮਹਿਲ ਸੁਲੱਖਣੀ ਜੀ ਵੇਖ ਕੇ ਆਪਣੇ ਪੁੱਤਰਾਂ ਨੂੰ ਕਹਿਣ ਲੱਗੇ ਪੂਰਬ ਕਿਉਂ ਨਾ ਆਏ ਅਸ ਕਾਖੀ ਕਹਿੰਦੇ ਪਹਿਲਾਂ ਕਿਉਂ ਨੀ ਤੁਸੀਂ ਐਸੇ ਚਾਹਵਾਨ ਦਰਸ਼ਨਾਂ ਦੇ ਆਏ ਬੁਲਾਏ ਪਠੇ ਦੁਆ ਬਾਰੀ ਬੁਲਾਰੇ ਦੋ ਵਾਰੀ ਸੇਵਕ ਨੂੰ ਭੇਜਣਾ ਕੀਤਾ ਆਏ ਨਹੀਂ ਨਾ ਨੀਕ ਵਿਚਾਰੀ ਤੁਸੀਂ ਆਏ ਤੇ ਨਾ ਚੰਗੀ ਤਰ੍ਹਾਂ ਵਿਚਾਰ ਹੀ ਕੀਤੀ ਹੈ ਪਿੱਛੇ ਆਏ ਰਹੋ ਪਛਤਾਈ ਹੁਣ ਪਿੱਛੋਂ ਆ ਗਏ ਤੇ ਹੁਣ ਪਛਤਾਤਾਪ ਵੀ ਤੁਹਾਡੇ ਪਾਸ ਰਹੇਗਾ ਤੋ ਗਏ ਸਮਾਏ ਗੁਸਾਈ ਹੁਣ ਤਾਂ ਸਾਹਿਬ ਸਤਿਗੁਰੂ ਮਹਾਰਾਜ ਜੀ ਜੋਤੀ ਜੋਤ ਸਮਾ ਗਏ ਨੇ ਚੰਦ ਸੁਣ ਲਖਮੀ ਦਾਸ ਚੰਦ ਤੇ ਲਖਮੀ ਦਾਸ ਦੋਹਾਂ ਪੁੱਤਰਾਂ ਨੇ ਸੁਣ ਕੇ ਦਰਸ਼ਨ ਰਾਸ ਬਿਸਮੇ ਹੈਰਾਨ ਹੋ ਗਏ ਤੇ ਦਰਸ਼ਨਾਂ ਤੋਂ ਨਿਰਾਸੇ ਹੋ ਗਏ ਦੋਸ਼ ਜਾਣ ਪਛਤਾਏ ਆਪਣਾ ਦੋਸ਼ ਜਾਣ ਕੇ ਬੜਾ ਭਾਰੀ ਉਹਨਾਂ ਨੇ ਪਛਤਾਤਾਪ ਕੀਤਾ ਸੰਤੋਖ ਸਿੰਘ ਸਰਦਾ ਪਾਏ ਸੰਤੋਖ ਸਿੰਘ ਜੀ ਕਹਿੰਦੇ ਸਤਿਗੁਰਾਂ ਦੇ ਸਾਹਿਬਜ਼ਾਦਿਆਂ ਨੇ ਕੁਝ ਕੁ ਸਰਦਾ ਜਿਹੜੀ ਸੀ ਤੇ ਉਹ ਪੌਣਾ ਕੀਤੀ ਹੈ ਜਿਸ ਤਰ੍ਹਾਂ ਇਹ ਸਾਰਾ ਸਰੂਪ ਵਰਣਨ ਕੀਤਾ ਜਾਂ ਭਗਵਾਨ ਆਦਿਕਾਂ ਦਾ ਤੇ ਇਹ ਸਾਰਾ ਇੱਕ ਅੱਖਰਾਂ ਵਿੱਚ ਤੇ ਦਿਖਾਉਣ ਵਾਸਤੇ ਸਰੂਪ ਦਾ ਵਰਣਨ ਕੀਤਾ ਗਿਆ ਜਿਸ ਤਰ੍ਹਾਂ ਹਿੰਦੂ ਮਤ ਦੇ ਖਿਆਲਾਂ ਵਿੱਚ ਵੀ ਹੈ ਜਿਹੜੇ ਹਿੰਦੂ ਮਤ ਦੇ ਕੋਈ ਫਿਲਾਸਫਰ ਨੇ ਵਾਸਤਵ ਤੇ ਜਿਉਂ ਜੋਤੀ ਜਿਉਂ ਜਲ ਮੈਂ ਜਲਾਏ ਖਟਾਨਾ
ਤਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਵਨ ਪਾਏ ਵਿਸਰਾਮ ਨਾਮ ਪ੍ਰਭ ਕੇ ਸਦ ਕਰਵਾਨ। ਪਰ ਜਿਸ ਤਰ੍ਹਾਂ ਕੋਈ ਰੂਪ ਦੀ ਕਲਪਨਾ ਕੀਤੀ ਹੈ ਕਈਆਂ ਢੰਗਾਂ ਦੇ ਨਾਲ, ਤੇ ਜਿਸ ਨੂੰ ਨਿਰਾਕਾਰ ਬ੍ਰਹਮ ਤੋਂ ਹੇਠਾਂ ਉਸਦੇ ਨਾਲ ਭੇਦ ਵੀ ਸ੍ਰਿਸ਼ਟੀ ਦਾ ਪ੍ਰਬੰਧ ਕਰਤਾ ਵੀ ਇੱਕ ਵੱਖਰੀ ਵਿਅਕਤੀ ਵਾਲਾ ਤੇ ਇਸ ਤਰ੍ਹਾਂ ਮੰਨਿਆ ਹੈ, ਤੇ ਇਸ ਲਈ ਇਹ ਸਾਰਾ ਇੱਕ ਰੂਪ ਹੈ। ਵਿਸ਼ਨੂੰ ਜਾਂ ਮਹਾ ਵਿਸ਼ਨੂੰ ਦਾ ਵਰਣਨ ਕੀਤਾ। ਪਰਮੇਸ਼ਵਰ ਨੂੰ ਜਦੋਂ ਜਗਤ ਦਾ ਮਾਲਕ ਪਾਲਕ ਵਰਣਨ ਕਰਦੇ ਆ ਤੇ ਹਿੰਦੂ ਖਿਆਲਾਂ ਨੇ ਉਸ ਨੂੰ ਦੋ ਰੂਪ ਦਿੱਤੇ ਆ, ਜਿਸ ਨੂੰ ਨਿਰਾਕਾਰ ਬ੍ਰਹਮ ਤੋਂ ਹੇਠਾਂ ਉਸ ਨਾਲ ਅਭੇਦ ਵੀ ਤੇ ਸ੍ਰਿਸ਼ਟੀ ਦਾ ਪ੍ਰਬੰਧ ਕਰਤਾ ਵੀ ਤੇ ਇੱਕ ਵੱਖਰੀ ਵਿਅਕਤੀ ਵਾਲਾ ਮੰਨਿਆ ਹੈ, ਉਸ ਨੂੰ ਈਸ਼ਰ ਆਦਿ ਕਹਿ ਲਿਆ। ਜਾਂ ਭਗਤਾਂ ਨੇ ਉਸੇ ਤਰ੍ਹਾਂ ਦੇ ਇੱਕ ਵਜੂਦ ਦਾ ਨਾਮ ਵਿਸ਼ਨੂੰ ਰੱਖਿਆ ਹੈ। ਇਹੋ ਦਰਜਾ ਸ਼ਿਵ ਤੇ ਭਵਾਨੀ ਨੂੰ ਦਿੱਤਾ ਜਾਂਦਾ। ਅਸਲ ਵਿੱਚ ਹਿੰਦੂ ਫਿਲਾਸਫਰਾਂ ਨੇ ਜਦ ਨਿਰਾਕਾਰ ਨੂੰ ਕਰਤਾ ਤੇ ਕਾਦਰ ਕਹਿਣ ਸੰਕੋਚ ਖਾਧਾ ਕਿ ਇਸ ਤਰ੍ਹਾਂ ਉਹ ਵਿਕਾਰ ਵਾਲਾ ਹੋ ਜਾਏਗਾ ਤਾਂ ਵਿਚਕਾਰੇ ਇਹ ਸਕਾਰ ਮੂਰਤੀ ਮਿਥ ਕੇ ਕੰਮ ਤੋਰ ਲਿਆ ਵਾਂਗ ਜਾਪਦਾ। ਭਗਤੀ ਪੱਖ ਵਾਲਿਆਂ ਨੇ ਮੁਰਸ਼ਿਦ ਗੁਰਮੁਖ ਤੋਂ ਉੱਪਰ ਧਿਆਨ ਲਈ ਇੱਕ ਸੂਖਮ ਮੂਰਤੀ ਸਰਗੁਣ ਬ੍ਰਹਮ ਦੀ ਵਿਸ਼ਨੂੰ ਕਲਪ ਲਈ। ਇਹ ਸਾਰੇ ਤਰਲੇ ਨੇ ਪਰਮਾਤਮਾ ਦੀ ਨਿਰਵਿਕਾਰਤਾ ਤੇ ਫੇਰ ਉਸ ਦੇ ਮਾਲਕ ਪਾਲਕ ਤੇ ਸਰਵ ਸੁੰਦਰਤਾਈਆਂ ਦੇ ਸੋਮੇ ਹੋਣ ਨੂੰ ਇਸ ਨਿੱਕੀ ਜਿਹੀ ਹੱਦ ਬੰਦੀ ਵਾਲੀ ਅਕਲ ਨਾਲ ਸਮਝਣ ਦੀਆਂ। ਪਰ ਸਤਿਗੁਰੂ ਜੀ ਨੇ ਉਸੇ ਅਕਾਲ ਪੁਰਖ ਨੂੰ ਕੁਦਰਤ ਤਪੱਸਿਆ ਬਲਿਹਾਰੀ ਕੋਲ ਤਪੱਸਿਆ ਦੱਸਿਆ ਹੈ, ਉਸੇ ਨੂੰ ਨਿਰਾਕਾਰ ਕਿਹਾ ਹੈ, ਉਸੇ ਨੂੰ ਪਾਕੀ ਨਾਈ ਪਾਪ ਕਿਹਾ ਹੈ, ਉਸੇ ਨੂੰ ਕਾਦਰ ਕਰਤਾ ਕਿਹਾ ਹੈ। ਇਸ ਦਾ ਭੇਦ ਹੁਕਮ ਨਾ ਕਹਿਆ ਜਾਏ ਵਿੱਚ ਦੱਸਿਆ। ਅਰਥਾਤ ਜਿਵੇਂ ਅਕਾਲ ਪੁਰਖ ਆਪ ਅਗੰਮ ਤੇ ਅਲੱਖ ਤੇ ਅਕੱਥ ਹੈ, ਉਸ ਦਾ ਹੁਕਮ ਵੀ ਉਸੇ ਤਰ੍ਹਾਂ ਅਕੱਥ ਅਗੰਮ ਤੇ ਅਲੱਖ ਹੈ। ਅਸੀਂ ਜਦ ਉਸਨੂੰ ਕਰਤਾ ਮੰਨ ਕੇ ਵਿਕਾਰੀ ਕਹਿੰਦੇ ਹਾਂ ਤਾਂ ਆਪਣੇ ਕਰਤਾਪਨ ਨੂੰ ਉਸ ਪਾਰ ਬ੍ਰਹਮ ਦੇਸ਼ ਕਾਲ ਪਾਰ ਅਕਹਿ ਵਿੱਚ ਜਾ ਕਲਪਦੇ ਹਾਂ। ਨਿਰਗੁਣ ਆਦਿ ਸਰਗੁਣ ਵੀ ਉਹੀ ਕਲਾ ਧਾਰਜਨ ਸਗਲੀ ਮੋਹੇ, ਇਸ ਵਾਸਤੇ ਪਿੱਛੇ ਇਹ ਕਹਿ ਆਏ ਨੇ। ਤੇ ਉਤਾਰ ਅਧਿਆਇ ਦੇ ਪੱਖ ਵਿੱਚ 53 ਵਿੱਚ ਕਵੀ ਜੀ ਸੰਸਕ੍ਰਿਤ ਵਿਦਿਆ ਦੇ ਸਭਤਾ ਦੇ ਜਾਣੂ ਸਨ, ਇਸ ਕਰਕੇ ਉਹਨਾਂ ਨੇ ਸਤਿਗੁਰਾਂ ਦੀ ਮਹਾਨਤਾ ਆਤਮ ਪ੍ਰਬਲਤਾ ਰੂਹਾਨੀ ਔਜ ਉਹਦੇ ਉੱਚੇ ਵਰਣਨ ਕਰਦਿਆਂ ਉਸੇ ਬੋਲੀ ਦੇ ਉਸੇ ਖਿਆਲ ਮੰਡਲ ਦੇ ਖਿਆਲ ਤਸਵੀਰਾਂ ਵਿੱਚ ਅੰਕਿਤ ਕਰਨੇ ਸਨ, ਤੇ ਜਿਸ ਦੇ ਉਹ ਆਪ ਬਹੁਤੇ ਜਾਣੂ ਸਨ। ਵਿਸ਼ਨੂੰ ਇੱਕ ਵੇਦਾਂ ਦੇ ਸਮੇਂ ਦਾ ਦੇਵਤਾ ਹੈ, ਤੇ ਇਹ ਸਮਝਣਾ ਕਿ ਗੁਰੂ ਜੀ ਉਹ ਸਨ ਭੁੱਲ ਹੈ। ਐਸੇ ਸੰਤਸੇ ਤੇ ਭੈ ਅਯੋਗ ਤੇ ਵਿਦਿਆ ਸੂਚਕ ਹਨ, ਐਸੇ ਦੇਵਤਾ ਪ੍ਰਸਤੀ ਦੇ ਖਿਆਲਾਂ। ਪਰ ਤਾਂ ਗੁਰੂ ਜੀ ਨੇ ਕਿਹਾ ਹੈ ਰੋਗੀ ਬ੍ਰਹਮਾ ਵਿਸ਼ਨ ਸੁਰਦਰਾ ਰੋਗੀ ਸਗਲ ਸੰਸਾਰਾ। ਪਿੱਛੇ ਕਵੀ ਜੀ ਨੇ ਵਿਸ਼ਨੂੰ ਬਾਬਤ ਕਹਿ ਆਏ ਨੇ, ਤੇ ਇਸ ਲਈ ਹਰੀ ਵਿਸ਼ਨ ਜੇ ਜਗਤ ਅਲਾਏ ਹਰੀ ਹਰਤਾ ਤੇ ਕੀ ਜਾਏ। ਸੋ ਮੁਰਾਦ ਕੇਵਲ ਇਹ ਲੈਣੀ ਚਾਹੀਏ ਜੋ ਕਵੀ ਜੀ ਨੇ ਪਹਿਲੇ ਅਧਿਆਇ ਦੇ ਅੰਕ 5 ਵਿੱਚ ਕਿਹਾ, ਸਭ ਤੋਂ ਵੱਡਾ ਸਤਿਗੁਰ ਨਾਨਕ ਹੈ। ਅਰਥਾਤ ਗੁਰੂ ਜੀ ਪੁਰਸ਼ੋਤਮਾ ਜਗਤ ਵਿੱਚ ਆਏ ਮਹਾਂਪੁਰਖਾਂ ਤੋਂ ਪਰਮ ਸ੍ਰੇਸ਼ਟ ਨੇ, ਪਰਾਵਰ ਅਵਿਅਕਤ ਮਹਾਂਪੁਰਖਾਂ ਦੇ ਨਾਥ ਨੇ। ਸੋ ਕਵੀ ਜੀ ਨੇ ਕਿਸੇ ਰੂਪਕ ਵਿੱਚ ਗੁਰੂ ਜੀ ਨੂੰ ਬੰਨ ਦੇਣ, ਉਹਨਾਂ ਦੀ ਮੁਰਾਦ ਕੇਵਲ ਇਹ ਜਾਪਦੀ ਹੈ ਕਿ ਮੇਰੇ ਇਸ਼ਟ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਸਭ ਤੋਂ ਉੱਚੇ ਸੁੱਚੇ ਸੋਹਣੇ ਤੇ ਵੱਡੇ ਨੇ। ਜੋ ਲੋਕ ਗੁਰੂ ਨਾਨਕ ਦੇਵ ਜੀ ਨੂੰ ਮਾਮੂਲੀ ਇਨਸਾਨ ਜਾਂ ਇਨਸਾਨ ਤੋਂ ਕਰਮ ਕਰਕੇ ਉੱਚੇ ਹੋਏ ਆਖਦੇ ਉਹਨਾਂ ਨੂੰ ਕਵੀ ਜੀ ਅਜਾਣ ਕਹਿੰਦੇ ਆ। ਉਹ ਸਤਿਗੁਰੂ ਨੂੰ ਗੁਰੂ ਅਰਜਨ ਦੇਵ ਜੀ ਦੇ ਵਾਕ ਅਨੁਸਾਰ ਗੁਰੂ ਨਾਨਕ ਦੇਵ ਗੋਬਿੰਦ ਰੂਪ ਮੰਨਦੇ ਨੇ ਤੇ ਸਾਰੇ ਰੂਪਾਂ ਤੋਂ ਇਹੀ ਮੁਰਾਦ ਜਣਾਉਂਦੇ ਆ। ਤੇ ਇਸ ਵਾਸਤੇ ਅਖੀਰ ਤੇ ਆਪਣੇ ਦੇਵਤਾ ਦੇ ਪਿੱਛੇ ਰਹਿ ਗਏ ਤੇ ਗੁਰੂ ਜੀ ਸੱਚਖੰਡ ਗਏ ਦੱਸੇ, ਸੱਚਖੰਡ ਵਸੇ ਨਿਰੰਕਾਰ ਵਿੱਚ ਚਲੇ ਗਏ। ਤੇ ਇੱਕ ਸਾਨੂੰ ਸਮਝਾਉਣ ਵਾਸਤੇ ਇਸ ਤਰ੍ਹਾਂ ਰੂਪਕ ਅਲੰਕਾਰ ਬੰਨਿਆ, ਤੇ ਵਾਸਤਵ ਤੇ ਉੱਥੇ ਕੋਈ ਵੀ ਆਕਾਰ ਨਹੀਂ, ਕੋਈ ਵੀ ਐਸੇ ਬਵਾਣਾ ਦੀ ਗੱਲ ਨਹੀਂ। ਤੇ ਇਸ ਵਾਸਤੇ ਉਹ ਸੂਖਸ਼ਮਈ ਮੰਡਲ ਹੈ ਔਰ
ਆਤਮ ਜੋਤੀ ਪਰਮਾਤਮ ਜੋਤੀ ਵਿੱਚ ਲੀਨ ਹੋ ਜਾਣੀ, ਇਹੀ ਅਸਲੀ ਮੁਕਤੀ ਤੇ ਅਭੇਦਤਾ ਹੈ। ਅੱਗੇ ਆਪ ਸਰਵਣ ਕਰੋ ਦੁਹਰਾ ਦੁਹਰਾ ਦੀਪਕ ਸਤਿਗੁਰੂ ਸ਼ਬਦ ਕਰ। ਭਾਈ ਸਾਹਿਬ ਜੀ ਕਹਿੰਦੇ ਨੇ ਕਿ ਸਤਿਗੁਰੂ ਮਹਾਰਾਜ ਜੀ ਦੇ ਸ਼ਬਦ ਦੇ ਤਾਏ ਮੂਲ ਮੰਤਰ ਗੁਰ ਮੰਤਰ ਨੂੰ ਦੀਵਾ ਬਣਾ ਕੇ ਮੈਂ ਬਾਰ ਤੇ ਮਹਾਰਾਜ ਕਹਿੰਦੇ ਆਪਣੇ ਹਿਰਦੇ ਰੂਪੀ ਘਰ ਦੇ ਵਿੱਚ ਇਸ ਸ਼ਬਦ ਦੇ ਦੀਵੇ ਨੂੰ ਬਾਲਣਾ ਕਰ। ਅਗਿਆਨ ਨਿਵਾਰ ਕਰ, ਜੋ ਅਗਿਆਨ ਦਾ ਅੰਧੇਰਾ ਹੈ ਇਸ ਦੇ ਤਾਏ ਨਿਵਾਰ ਦੂਰ ਕਰਕੇ। ਸਾਰ ਵਿਚਾਰ ਬੇਸਾਰ ਅਸਲੀ ਵਸਤੂ ਕਿਹੜੀ ਹੈ, ਸਾਰ ਅਸਲੀਅਤ ਤੋਂ ਖਾਲੀ ਕਿਹੜੀ ਹੈ, ਤੇ ਸਾਰ ਵਸਤੂ ਬ੍ਰਹਮ ਹੈ ਅਸਾਰ ਸੰਸਾਰ ਹੈ, ਤੇ ਚੰਗੀ ਤਰ੍ਹਾਂ ਨਿਰਣਾ ਕਰ। ਜੋਗੀ ਸ੍ਰੀ ਚੰਦ ਤਬ ਲਖਮੀ ਦਾਸ, ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਜੀ ਅੱਗੇ ਕੀਨੀ ਅਰਦਾਸ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਪਿਤਾ ਦੇ ਅੱਗੇ ਅਰਦਾਸ ਬੇਨਤੀ ਕੀਤੀ। ਬੰਦੇ ਨੂੰ ਹੋਇ ਦੋਨੋਂ ਹੋਇ ਠਾਂਡੇ, ਦੋਵੇਂ ਹੱਥ ਜੋੜ ਕੇ ਸਤਿਗੁਰੂ ਮਹਾਰਾਜ ਜੀ ਦੇ ਅੱਗੇ ਖੜ ਗਏ। ਮੈਂ ਸ਼ਰਧਾ ਅਤ ਵਾਢੇ, ਆਪਣੇ ਹਿਰਦੇ ਚ ਬਹੁਤ ਹੀ ਸ਼ਰਧਾ ਦੇ ਤਾਈ ਵਧਾ ਕੇ ਸਰਬ ਸੁਖਦਾਨੀ ਜਗ ਦੇ ਈਸ਼ਰ ਸਾਰੇ ਸੁਖਾਂ ਨੂੰ ਦੇਣ ਵਾਲੇ ਸਰਬਗ ਸਰਬ ਗੁਣਖਾਨੀ ਸਭ ਦੇ ਗਿਆਤੇ ਤੇ ਸਾਰੇ ਗੁਣਾਂ ਦੀ ਖਾਨ ਸਭ ਪੂਰਨ ਹੋ ਸਮਰੱਥਾ ਤੇ ਸਾਰੇ ਤਰ੍ਹਾਂ ਪੂਰਨ ਵਿਆਪਕ ਹੋ ਤੇ ਸਰਵ ਸ਼ਕਤੀਵਾਨ ਹੋ ਰੌਰ ਕੇ ਗੁਣ ਕਹੇ ਇਕੱਥਾ ਤੇ ਆਪ ਜੀ ਦੇ ਗੁਣ ਜਿਹੜੇ ਤੇ ਇਹ ਇਕੱਥਾ ਤੇ ਕਥਨ ਤੋਂ ਰਹਿਤ ਹਨ ਨਰਨ ਸੇ ਤੁਮਕੋ ਮਾਨਤ ਤੇ ਜਿਹੜੇ ਹੋਰ ਅਸੀਂ ਤੁਹਾਨੂੰ ਹੋਰ ਮਨੁੱਖਾਂ ਵਰਗੇ ਸੱਚੇ ਪਾਤਸ਼ਾਹ ਮੰਨਦੇ ਰਹੇ ਕਰਤਾ ਇਹ ਭੇਦ ਨਾ ਜਾਣਤ ਪਿਆਰ ਸਾਰੇ ਸੰਸਾਰ ਦੇ ਬਣਾਉਣ ਵਾਲੇ ਹੋ ਤੇ ਇਹ ਤੁਹਾਡਾ ਭੇਦ ਨਹੀਂ ਜਾਣ ਸਕੇ ਪ੍ਰਤੀਤ ਤੁਮਾਰੀ ਆਈ ਹੁਣ ਮਹਾਰਾਜ ਤੁਹਾਡੇ ਸਰੂਪ ਦੇ ਉੱਤੇ ਸਾਨੂੰ ਭਰੋਸਾ ਆਇਆ ਹੈ ਲੋਕੀ ਪਦ ਸੰਕ ਨਰਾਈ ਆਪ ਜਿੰਨਾ ਲੋਕਾਂ ਦੇ ਪਤੀ ਮਾਲਕ ਹੋ ਤੇ ਥੋੜੇ ਮਾਤਰ ਵੀ ਕੋਈ ਸ਼ੰਕਾ ਨਹੀਂ ਬਿਨਾਂ ਮਿਲੇ ਅਬ ਆਪ ਸਮਾਏ ਤੇ ਬਿਨਾਂ ਮਹਾਰਾਜ ਮਿਲੇ ਤੋਂ ਆਪ ਜੋਤੀ ਜੋਤ ਸਮਾ ਗਏ ਹਿਰਦੇ ਪਛਤਾਏ ਅਸੀਂ ਪਿਤਾ ਜੀ ਆਪਣੇ ਹਿਰਦੇ ਪਛਤਾਅ ਵੀ ਕਰਦੇ ਰਹਿ ਗਏ ਅਬਲਾਖ ਬਸਾਲਾ ਸਾਡੇ ਹਿਰਦੇ ਚ ਬੜੀ ਭਾਰੀ ਅਬਲਾਖ ਇੱਛਾ ਵਰ ਗਈ ਆਪ ਕਾ ਕਰਨ ਕਿਰਪਾਲਾ ਆਪ ਜੀ ਦਾ ਦਰਸ਼ਨ ਕਰਨ ਵਾਸਤੇ ਇਹ ਕਿਰਪਾਲੂ ਸਰੂਪ ਬਿਨੈ ਪ੍ਰਸਿੱਧ ਹੋ ਤਾਤਾ ਇਹ ਪਿਤਾ ਜੀ ਸਾਡੀ ਬੇਨਤੀ ਸੁਣ ਕੇ ਆਪ ਪ੍ਰਸੰਨ ਹੋਣਾ ਕਰੋ ਕਰੋ ਭੁੱਲੇ ਪਛਚਾਤਾ ਮਹਾਰਾਜ ਸਾਨੂੰ ਮਾਫ ਕਰ ਦਿਓ ਤੇ ਅਸੀਂ ਹੁਣ ਭੁੱਲੇ ਹਾਂ ਤੇ ਪਛਤਾਤਾਪ ਕਰਦੇ ਹਾਂ ਤੁਹਾਨੂੰ ਸ੍ਰੀ ਕਰਤਾਰ ਦੁਹਾਈ ਤੁਹਾਨੂੰ ਸ੍ਰੀ ਕਰਤਾਰ ਵਾਹਿਗੁਰੂ ਪਰਮੇਸ਼ਰ ਦੀ ਦੁਹਾਈ ਵਾਸਤਾ ਹੈ ਭੁੱਲੇ ਮਿਲੇ ਬਿਨਾਂ ਜੇ ਜਾਈ ਜੇ ਕਰਕੇ ਸਾਡੇ ਮਿਲੇ ਤੋਂ ਬਿਨਾਂ ਤੇ ਸਾਡੇ ਨਾਲ ਬਚਨ ਬਿਲਾਸ ਕੀਤੇ ਤੋਂ ਬਿਨਾਂ ਆਪ ਸਤਖੰਡ ਨੂੰ ਜਾਵਾਂ ਪੂਰਬ ਜੋ ਦੁਆ ਘਟਕਾ ਔਰੀ ਤੇ ਪਹਿਲਾਂ ਵਾਂਗ ਸੱਚੇ ਪਾਤਸ਼ਾਹ ਦੋ ਘੜੀਆਂ ਹੋਰ ਬੋਲੋ ਮਿਲੋ ਬਹੋਰੀ ਦੋ ਘੜੀਆਂ ਹੋਰ ਦਰਸ਼ਨ ਦਿਓ ਤੇ ਸਾਨੂੰ ਮਿਲੋ ਤੇ ਬਚਨ ਬਿਲਾਸ ਕਰੋ ਬਸ ਅਰਦਾਸ ਕੀਨ ਜਬ ਦੋਈ ਜਦੋਂ ਦੋਹਾਂ ਸਾਹਿਬਜ਼ਾਦਿਆਂ ਨੇ ਸਾਧ ਸੰਗਤ ਜੀ ਇਸ ਤਰ੍ਹਾਂ ਅਰਦਾਸ ਬੇਨਤੀ ਕੀਤੀ ਜਦੋਂ ਸਪੀਰ ਅਦਕ ਤਬ ਹੋਈ ਤੇ ਚਾਰੇ ਪਾਸੇ ਗੁਰੂ ਨਾਨਕ ਸਾਹਿਬ ਦੇ ਬੜਾ ਭਾਰੀ ਇਕੱਠ ਹੋਇਆ ਹੋਇਆ ਹੈ ਸੁਲੱਖਣੀ ਚਰਨ ਪਾਸੂ ਤੇ ਇੱਧਰ ਸੁਲੱਖਣੀ ਜੀ ਸਤਿਗੁਰਾਂ ਦੇ ਚਰਨਾਂ ਦੇ ਪਾਸ ਖੜੇ ਨੇ ਲੋਚਨ ਤੇ ਗੇਰਤ ਬਹੁ ਆਸੂ ਆਪਣੇ ਨੇਤਰਾਂ ਦੇ ਵਿੱਚੋਂ ਬੈਰਾਗ ਦਾ ਜਲ ਦੇ ਅੰਸੂ ਬਹੁਤ ਹੀ ਸੁੱਟ ਰਹੇ ਨੇ ਉਪਦਸ਼ਾਏ ਬਿਪਰ ਸਿੱਖ ਬ੍ਰਿੰਦਾ ਜਿਹੜੇ ਧਰਤੀ ਦੇ ਪਤੀ ਭੂਮੀ ਦੇ ਮਾਲਕ ਸ਼ਾਹੂਕਾਰ ਬ੍ਰਾਹਮਣ ਤੇ ਸਿੱਖ ਬਹੁਤ ਸਾਰੇ ਸਤਨਾਮ ਸਿਮਰੇ ਸੁਖ ਕੰਦਾ ਸਤਨਾਮ ਵਾਹਿਗੁਰੂ ਜੋ ਸੁਖਾਂ ਦਾ ਬੱਦਲ ਉਸ ਦਾ ਸਿਮਰਨ ਕਰਦੇ ਨੇ ਆਂਡੇ ਬੰਦੇ ਹਾਥ ਸਮੀਪਾ ਦੋਵੇਂ ਹੱਥ ਜੋੜੇ ਖੜੇ ਤੇ ਸਤਿਗੁਰਾਂ ਦੇ ਪਾਸ ਵੰਦਨਾ ਕਰਦੇ ਆ ਸੁਣੀ ਬਿਨੈ ਬੇਦੀ ਕੁਲ ਦੀਪਾ ਬੇਦੀਆਂ ਦੇ ਕੁਲ ਦੇ ਦੀਵਾ ਸਰੋ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੇਨਤੀ ਸੁਣ ਕੇ ਸੋ ਬੋਲਣ ਕੇ ਕਾਰਨ ਆਪਣੇ ਸਪੁੱਤਰਾਂ ਦੇ ਨਾਲ ਗੱਲਬਾਤ ਕਰਨ ਵਾਸਤੇ ਉੱਠ ਬੈਠੇ ਤਬ ਨਰਕ ਨਿਵਾਰਨ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਫੇਰ ਆਪਣੀ ਦੇਹ ਵਿੱਚ ਪ੍ਰਵੇਸ਼ ਹੋ ਗਏ ਤੇ ਉੱਠ ਕੇ ਬੈਠ ਗਏ ਕਿਉਂਕਿ ਇਹਨਾਂ ਨੇ ਰੱਬ ਦਾ ਵਾਸਤਾ ਪਾਇਆ ਸੀ ਮਹਾਰਾਜ ਵਾਸਤਾ ਪਾਇਆ ਹੋਇਆ ਸਹਾਰ ਨਹੀਂ ਸਕੇ ਅਰਨ ਪ੍ਰਫੁੱਲਤ ਕਮਲ ਬਸਾਲਾ ਜਿਵੇਂ ਲਾਲ ਕਮਲ ਹੁੰਦਾ ਹੈ ਤੇ ਇਸ ਤਰ੍ਹਾਂ ਸਤਿਗੁਰਾਂ ਦਾ ਚਿਹਰਾ ਖਿੜਿਆ ਹੋਇਆ ਪ੍ਰਫੁੱਲਤ ਹੈ ਸੁਹਾਵਤ ਅਸਤੇ ਕਾਲਾ ਐਸਾ ਚਿਹਰਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ
ਸਾਰਾ ਸਮੇਂ ਸੋਭਾ ਪਾ ਰਿਹਾ। ਦੇਖ ਅਚੰਭ ਭੈ ਨਰ ਨਾਰੀ, ਸਾਰੇ ਸਾਧ ਸੰਗ ਜੀ ਇਸਤਰੀ ਪੁਰਸ਼ ਵੇਖ ਕੇ ਹੈਰਾਨ ਹੋ ਗਏ। ਉਸ ਜੈ ਜੈਕਾਰੀ ਉਚਾਰੀ, ਚਾਰੇ ਪਾਸੇ ਜੈ ਜੈਕਾਰ ਦੇ ਸ਼ਬਦਾਂ ਨੂੰ ਉਚਾਰਦੇ ਨੇ। ਮਾਂਡੇ ਦੁਆ ਤਾਤਨ ਕੋ ਦੇਖਾ, ਦੋਹਾਂ ਪੁੱਤਰਾਂ ਨੂੰ ਸਤਿਗੁਰੂ ਮਹਾਰਾਜ ਜੀ ਨੇ ਖੜੇ ਹੋਏ ਦੇਖਿਆ। ਬੋਲੇ ਗੁਰਕਾਰੀ ਕਿਰਪਾ ਵਸੇਖਾ, ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਜੀ ਬੜੀ ਕਿਰਪਾ ਕਰਕੇ ਬੋਲੇ। ਜਾਟ ਜੇ ਜੀਵਨ ਬਹੁ ਮੇਰਾ, ਕਹਿੰਦੇ ਜੇ ਕਰਕੇ ਹੁਣ ਬਹੁਤੀ ਜ਼ਿੰਦਗੀ ਵੀ ਸੈਂਕੜੇ ਸਾਲਾਂ ਦੀ ਸਾਡੀ ਮੰਗ ਲੈਂਦੇ। ਤੂੰ ਪਾਵਤ ਅਭੂਤੀ ਨਾ ਦੇਰਾ, ਉਨੀ ਜ਼ਿੰਦਗੀ ਮਿਲ ਜਾਣੀ ਸੀ ਤੇ ਕੋਈ ਦੇਰ ਨਹੀਂ ਸੀ। ਮੈਂ ਕਟਕਾ ਜਾਤੀ ਤੁਮ ਜੋਈ, ਇਹ ਦੋ ਘੜੀਆਂ ਤੇ ਸਾਡੇ ਹੋਰ ਦਰਸ਼ਨ ਜੋ ਮੰਗੇ ਨੇ। ਮੈਂ ਅਧੀਨ ਤੁਮਰੇ ਕਸ ਸੋਈ, ਕਹਿੰਦੇ ਤੁਹਾਡੇ ਅਧੀਨ ਵੀ ਇਹ ਕੁਝ ਵੀ ਵਸਤੂ ਨਹੀਂ ਹੈ। ਨਿਰੰਕਾਰ ਭਾਵੀ ਜੋ ਆਹੀ, ਜੋ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੀ ਭਾਵੀ ਰਜਾ ਹੈ ਹੋਣੀ ਹੈ। ਕੋਈ ਹੋਤ ਮਿਟੇ ਕਬ ਨਾਹੀ, ਉਹੀ ਹੁੰਦੀ ਹੈ ਤੇ ਕਦੇ ਵੀ ਮਿਟ ਨਹੀਂ ਸਕਦੀ। ਆਪ ਜੋ ਹੈ ਤੁਮਰੇ ਮਨ ਮਾਹੀ, ਕਹਿੰਦੇ ਹੁਣ ਸਾਹਿਬਜ਼ਾਦਿਆਂ ਨੂੰ ਜੋ ਤੁਹਾਡੇ ਮਨ ਵਿੱਚ ਹੈ ਹੁਣ ਕਰੋ ਪ੍ਰਤੱਖ ਹਮਾਰੇ ਪਾਹੀ, ਉਹ ਬੋਲ ਕੇ ਸਾਡੇ ਪਾਸ ਪ੍ਰਗਟ ਕਰੋ। ਬੁਲਾਏ ਨਾ ਆਏ, ਪਹਿਲਾਂ ਤੁਹਾਨੂੰ ਅਸੀਂ ਬੁਲਾ ਰਹੇ ਸੀ, ਆਉਣਾ ਨਹੀਂ ਕੀਤਾ।